ਸਤਿ ਸ਼੍ਰੀ ਅਕਾਲ। ਵਿਜ਼ਨ ਪੰਜਾਬ ਟੀਵੀ ਵੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਕੌਮਿਤਾ ਮਿਨਹਾਸ। ਤੁਸੀਂ ਦੇਖ ਰਹੇ ਹੋ ਸਟੋਰੀ ਆਫ ਦ ਡੇ ਵਿਜ਼ਨ ਸਪੈਸ਼ਲ। ਸਟੋਰੀ ਆਫ ਦ ਡੇ ਵਿੱਚ ਅੱਜ ਗੱਲ ਹੋਏਗੀ ਮੋਗਾ ਦੇ ਉਸ ਪਰਿਵਾਰ ਦੀ ਅਤੇ ਉਸ ਮੰਦਭਾਗੀ ਘਟਨਾ ਦੀ ਜਿਸ ਵਿੱਚ ਨੌਜਵਾਨ ਪੁੱਤ ਨੇ ਖੁਦ ਹੀ ਸਾਰੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਬਾਅਦ ਵਿੱਚ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ। ਵਿਜ਼ਨ ਪੰਜਾਬ ਟੀਵੀ ਵੱਲੋਂ ਨਾ ਸਿਰਫ ਇਹ ਦੱਸਿਆ ਜਾਏਗਾ ਕਿ ਇਹ ਘਟਨਾ ਕਦੋਂ, ਕਿਵੇਂ ਅਤੇ ਕਿਉਂ ਵਾਪਰੀ, ਬਲਕਿ ਜਾਣਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਉਸ ਨੌਜਵਾਨ ਦੀ ਮਾਨਸਿਕਤਾ ਉਸ ਵੇਲੇ ਕਿਹੋ ਜਿਹੀ ਰਹੀ ਹੋਵੇਗੀ, ਜਿਸ ਨੇ ਕੁਝ ਹੀ ਪਲਾਂ ਵਿੱਚ ਆਪਣਾ ਹੱਸਦਾ ਵੱਸਦਾ ਪਰਿਵਾਰ ਆਪਣੇ ਹੱਥੀਂ ਖਤਮ ਕਰ ਦਿੱਤਾ। ਸਭ ਤੋਂ ਪਹਿਲਾਂ ਜਾਣਦੇ ਹਾਂ ਇਸ ਮੰਦਭਾਗੀ ਘਟਨਾ ਬਾਰੇ, ਕਿਵੇਂ ਅਤੇ ਕਿਉਂ ਇਹ ਹਾਦਸਾ ਵਾਪਰਿਆ। ਤੁਸੀਂ ਵੀ ਵੇਖੋ ਨੌਜਵਾਨ ਵੱਲੋਂ ਕਿਸ ਤਰ੍ਹਾਂ ਆਪਣੇ ਹੱਥੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇੱਕ ਇੱਕ ਕਰਕੇ ਕਤਲ ਕਰ ਦਿੱਤਾ ਗਿਆ ਤੇ ਨੌਜਵਾਨ ਵੱਲੋਂ ਲਿਖੇ ਸੁਸਾਈਡ ਨੋਟ ਵਿੱਚ ਉਸਨੇ ਕੀ ਕੁਝ ਲਿਖਿਆ। ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਦੇ ਇਸ ਘਰ 'ਚ ਆਉਂਦੇ 2 ਮਹੀਨਿਆਂ ਨੂੰ ਸ਼ਹਿਨਾਈਆਂ ਗੂੰਜਣੀਆਂ ਸਨ। ਇੱਕ ਨਵੀਂ ਵਿਆਹੀ ਵਹੁਟੀ ਨੇ ਇਸ ਘਰ 'ਚ ਆ ਕੇ ਆਪਣੇ ਪੈਰ ਪਾਉਣੇ ਸਨ। ਮਾਪਿਆਂ ਦਾ ਚਾਹ ਚੱਕਿਆ ਨਹੀਂ ਸੀ ਜਾ ਰਿਹਾ। ਉਹਨਾਂ ਦੇ ਲਾਡਲੇ ਪੁੱਤ ਨੇ ਘੋੜੀ ਚੜ੍ਹ ਕੇ ਬਰਾਤ ਲੈ ਕੇ ਜਾਣੀ ਸੀ, ਪਰ ਉਸ ਰਾਤ ਕੁਝ ਅਜਿਹਾ ਵਾਪਰਿਆ ਕਿ ਉਸ ਖੌਫਨਾਕ ਮੰਜ਼ਰ ਨੇ ਸਭ ਦੀ ਰੂਹ ਕੰਬਾ ਦਿੱਤੀ। ਉਸ ਰਾਤ 12 ਵਜੇ ਖੂਨ ਦੀ ਹੋਲੀ ਖੇਡੀ ਗਈ, ਜਿਸ ਹੋਲੀ ਵਿੱਚ ਹੱਸਦਾ ਖੇਡਦਾ ਪਰਿਵਾਰ ਤਹਿਸ ਨਹਿਸ ਹੋ ਗਿਆ ਅਤੇ ਉਸ ਪਰਿਵਾਰ ਦੇ ਚਾਹ ਉਸਦੇ ਨਾਲ ਹੀ ਮੁੱਕ ਗਏ। ਇਹ ਖੂਨ ਦੀ ਹੋਲੀ ਖੇਡਣ ਵਾਲਾ ਹੋਰ ਕੋਈ ਨਹੀਂ ਬਲਕਿ ਲਾੜਾ ਬਣਨ ਵਾਲਾ ਸੰਦੀਪ ਉਰਫ ਸਨੀ ਹੀ ਸੀ, ਜਿਸ ਨੇ ਉਂਗਲ ਫੜ ਕੇ ਤੁਰਨਾ ਸਿਖਾਉਣ ਵਾਲੇ ਪਿਤਾ, ਮਮਤਾ ਦੀਆਂ ਲੋਰੀਆਂ ਦੇਣ ਵਾਲੀ ਮਾਂ, ਪੋਤੇ ਦੇ ਹਰੇਕ ਲਾਡ ਪੁਗਾਉਣ ਵਾਲੀ ਦਾਦੀ, ਰੱਖੜੀ ਬੰਨ ਕੇ ਭਰਾ ਦੀ ਲੰਮੀ ਉਮਰ ਲਈ ਦੁਆਵਾਂ ਮੰਗਣ ਵਾਲੀ ਭੈਣ ਅਤੇ ਮਾਮਾ ਮਾਮਾ ਕਹਿ ਕੇ ਭੱਜ ਗੋਦੀ ਚੜ੍ਹਨ ਵਾਲੀ 4 ਸਾਲਾ ਭਾਂਜੀ ਨੂੰ ਗੋਲੀਆਂ ਨਾਲ ਛਲਨੀ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਆਪਣੇ ਦਾਦੇ ਨੂੰ ਮਾਰਨ ਲਈ ਉਸਦੇ ਕਮਰੇ 'ਚ ਗਿਆ, ਪਰ ਗੋਲੀ ਦਾਦੇ ਨੂੰ ਲੱਗਣ ਦੀ ਬਜਾਏ ਪਾਸਿਓਂ ਹੋ ਕੇ ਲੰਘ ਗਈ। ਬਾਅਦ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਧਰਤੀ ਖੂਨ ਨਾਲ ਲੱਥਪੱਥ ਸੀ, ਸਾਰੇ ਪਾਸੇ ਖੂਨ ਹੀ ਖੂਨ ਬਿਖਰਿਆ ਪਿਆ ਸੀ। ਫਿਰ ਸਵਾਲ ਇਹ ਕਿ ਸੰਦੀਪ ਉਰਫ ਸਨੀ ਨੇ ਅਜਿਹਾ ਕਿਉਂ ਕੀਤਾ। ਇਸ ਦਾ ਖੁਲਾਸਾ ਮਰਨ ਤੋਂ ਪਹਿਲਾਂ ਉਸਨੇ ਲਿਖੀ ਇੱਕ ਚਿੱਠੀ 'ਚ ਕੀਤਾ, ਜਿਸ ਵਿੱਚ ਲਿਖਿਆ ਸੀ ਕਿ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦਾ। ਕਿਉਂ ਸਾਡੇ ਸਮਾਜ 'ਚ ਵਿਆਹ ਕਰਾਉਣ ਲਈ ਮਜਬੂਰ ਕੀਤਾ ਜਾਂਦਾ ਹੈ? ਇਹ ਨਹੀਂ ਵੇਖਿਆ ਜਾਂਦਾ ਕਿ ਅਗਲਾ ਬੰਦਾ ਵਿਆਹ ਕਰਾਉਣ ਲਈ ਪਰਫੈਕਟ ਹੈ ਜਾਂ ਨਹੀਂ? ਚਿੱਠੀ ਵਿੱਚ ਅੱਗੇ ਉਸਨੇ ਲਿਖਿਆ ਕਿ ਸਾਡੇ ਪਰਿਵਾਰ ਨੂੰ ਪੀਰ ਦੀ ਜ਼ਮੀਨ ਦੱਬਣ ਤੋਂ ਬਾਅਦ ਸ਼ਰਾਪ ਮਿਲਿਆ ਹੋਇਆ ਕਿ ਸਾਡੀ ਵੰਸ਼ ਅੱਗੇ ਨਹੀਂ ਵੱਧ ਸਕਦੀ। ਮੈਂ ਵੰਸ਼ ਅੱਗੇ ਵਧਾਉਣ ਦੇ ਨਾ ਕਾਬਲ ਹਾਂ। ਮੇਰਾ ਪਰਿਵਾਰ ਮੈਨੂੰ ਬਹੁਤ ਪਿਆਰ ਕਰਦਾ ਹੈ, ਉਹ ਮੇਰੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੇਗਾ, ਇਸ ਲਈ ਮੈਂ ਉਹਨਾਂ ਸਭ ਨੂੰ ਮਾਰ ਰਿਹਾ ਹਾਂ। ਮੇਰੀ ਇੱਕ ਭੈਣ ਕੈਨੇਡਾ 'ਚ ਰਹਿੰਦੀ ਹੈ, ਜੇਕਰ ਉਹ ਇੱਥੇ ਹੁੰਦੀ ਤਾਂ ਮੈਂ ਉਸਨੂੰ ਵੀ ਮਾਰ ਦਿੰਦਾ। ਚਿੱਠੀ ਵਿੱਚ ਉਸਨੇ ਆਪਣੀ ਮੰਗੇਤਰ ਤੋਂ ਵੀ ਮਾਫ਼ੀ ਮੰਗੀ ਅਤੇ ਕਿਹਾ ਕਿ ਮੈਂ ਤੇਰਾ ਵੀ ਗੁਨਾਹਗਾਰ ਹਾਂ। ਹੋਰ ਵੀ ਇਸ ਚਿੱਠੀ 'ਚ ਬਹੁਤ ਸਾਰੇ ਖੁਲਾਸੇ ਕੀਤੇ, ਜਿਸ ਵਿੱਚੋਂ ਇੱਕ ਇਹ ਵੀ ਸੀ ਕਿ ਵਾਰਦਾਤ ਦੌਰਾਨ ਵਰਤਿਆ ਗਿਆ ਹਥਿਆਰ ਉਸਦੇ ਦੋਸਤ ਅਤੇ ਉਸਦੇ ਹੀ ਵਿਚੋਲੇ ਦਾ ਸੀ, ਜੋ ਉਹ ਚੋਰੀ ਕਰਕੇ ਲਿਆਇਆ ਸੀ। ਉਸ ਉੱਤੇ ਕੋਈ ਵੀ ਕਾਰਵਾਈ ਨਾ ਕਰਨ ਦੀ ਗੁਹਾਰ ਵੀ ਲਾਈ।
ਇਸ ਪੂਰੇ ਮਾਮਲੇ ਤੇ ਪਿੰਡ ਦੇ ਸਰਪੰਚ ਨੇ ਘਟਨਾਕ੍ਰਮ ਨੂੰ ਬਿਆਨ ਕੀਤਾ। ਜੋ ਸਾਡੇ ਨਗਰ ਤੇ ਦੁੱਖਾਂ ਦਾ ਪਹਾੜ ਟੁੱਟਿਆ, ਇਹਨੂੰ ਅਸੀਂ ਨਗਰ ਵਾਸੀ ਝੱਲ ਨਹੀਂ ਸਕਦੇ। ਸਾਡਾ ਸਾਰਾ ਨਗਰੀ ਇਹ ਦੁੱਖ ਦੇ ਵਿੱਚ, ਆਲਮ ਦੇ ਵਿੱਚ ਡੁੱਬਿਆ ਪਿਆ ਵੀ ਇਹ ਕੀ ਘਟਨਾ ਵਾਪਰ ਗਈ। ਕੱਲ੍ਹ ਸਾਡੀ ਭੈਣ ਅਤੇ ਭਾਣਜੀ ਦਾ ਅਸੀਂ ਸੰਸਕਾਰ ਸ਼ਹਿਜ਼ਾਦੀ ਕਰਾ ਕੇ ਆਏ ਹਾਂ ਅਤੇ ਅੱਜ ਅਸੀਂ ਆਪਣੇ ਭਰਾ, ਭਤੀਜੇ, ਭਾਬੀ, ਦਾਦੀ ਦਾ ਸੰਸਕਾਰ ਕਰਕੇ ਚੱਲੇ ਹਾਂ। ਸਾਨੂੰ ਇਦੋਂ ਵੱਡੀ ਘਟਨਾ ਸਾਡੇ ਪਿੰਡ ਲਈ ਕਿ ਸਮਾਜ 'ਚ ਵੀ ਐਡੀ ਦਰਦਨਾਕ ਘਟਨਾ ਨਹੀਂ ਵਾਪਰੀ ਹੋਣੀ। ਸਾਡਾ ਸਾਰਾ ਹੀ ਨਗਰ ਇਸ ਦੁੱਖ ਵਿੱਚ ਬਹੁਤ ਹੀ ਦਰਦ ਮਹਿਸੂਸ ਕਰਦਾ। ਭੈਣ ਜੀ ਕੱਲ੍ਹ ਆ ਚੁੱਕੇ ਸੀ ਅਤੇ ਭੂਆ ਜੀ ਅੱਜ ਸੁਬਾਹ 11 ਵਜੇ ਆ ਗਏ ਸੀ ਘਰ। ਇਸ ਸਾਰੇ ਦਿਲ ਕੰਬਾਊ ਘਟਨਾਕ੍ਰਮ ਨਾਲ ਅਜੇ ਵੀ ਪਿੰਡ ਸਦਮੇ 'ਚੋਂ ਉੱਭਰ ਨਹੀਂ ਸਕਿਆ। ਸੂਚਨਾ ਮਿਲਣ ਤੇ ਪੁਲਿਸ ਪ੍ਰਸ਼ਾਸਨ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਤੇ ਬਣ ਦੀ ਜਾਂਚ ਸ਼ੁਰੂ ਕੀਤੀ ਹੈ। ਉਹ ਬਦਕਿਸਮਤ ਭੈਣ ਕੈਨੇਡਾ ਤੋਂ ਪਰਤੀ ਤੇ ਮ੍ਰਿਤਕ ਦੇਹਾਂ ਦਾ ਸੰਸਕਾਰ ਕਰਾਇਆ। ਭੈਣ ਤੇ ਭਾਂਜੀ ਦਾ ਸੰਸਕਾਰ ਉਸਦੇ ਸਹੁਰੇ ਪਿੰਡ ਸ਼ਹਿਜ਼ਾਦੀ, ਜੋ ਕਿ ਫਿਰੋਜ਼ਪੁਰ ਜ਼ਿਲ੍ਹੇ 'ਚ ਆਉਂਦਾ, ਉੱਥੇ ਜਾ ਕੇ ਕਰਾਇਆ। ਆਪਣੇ ਮਾਂ ਪਿਓ ਦੀਆਂ ਮ੍ਰਿਤਕ ਦੇਹਾਂ ਕੋਲ ਬੈਠੀ ਸਨੀ ਦੀ ਕੈਨੇਡਾ ਵਾਲੀ ਭੈਣ ਕਦੇ ਆਪਣੇ ਖਾਲੀ ਹੱਥਾਂ ਵੱਲ ਵੇਖ ਰਹੀ ਸੀ ਤੇ ਕਦੇ ਆਪਣੀ ਉਜੜੀ ਹੋਈ ਦੁਨੀਆ ਵੱਲ। ਉਸਦੇ ਵਹਿਣ ਸੁਣ ਕੇ ਅਸਮਾਨ ਦਾ ਕਾਲਜਾ ਵੀ ਫਟ ਰਿਹਾ ਸੀ, ਪਰ ਉਹ ਬੇਬਸ ਹੁਣ ਰੋਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੀ। ਵਿਜ਼ਨ ਪੰਜਾਬ ਟੀਵੀ ਦੀ ਟੀਮ ਮੋਗਾ ਦੇ ਉਸ ਪਿੰਡ ਨੱਥੂਵਾਲਾ ਗਰਬੀ ਵੀ ਪਹੁੰਚੀ ਜਿੱਥੇ ਇਹ ਸਾਰੀ ਘਟਨਾ ਵਾਪਰੀ। ਸਾਡੀ ਟੀਮ ਵੱਲੋਂ ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ। ਤੁਹਾਨੂੰ ਦੱਸੀਏ ਕਿ ਕਿਸੇ ਸਮੇਂ ਹੱਸਦੇ ਵੱਸਦੇ ਇਸ ਪਰਿਵਾਰ ਵਿੱਚ ਹੁਣ ਸਿਰਫ ਉਸ ਨੌਜਵਾਨ ਦਾ ਦਾਦਾ ਅਤੇ ਉਸਦੀ ਭੈਣ ਜੋ ਵਿਦੇਸ਼ ਰਹਿੰਦੀ ਸੀ ਉਹ ਬੱਚੇ ਨੇ। ਸਾਡੀ ਟੀਮ ਵੱਲੋਂ ਉਹਨਾਂ ਦੇ ਨਾਲ ਪਿੰਡ ਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਗਈ। ਸਾਰੇ ਵਾਕਿਆ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਕੀ ਪਹਿਲੂ ਸਾਹਮਣੇ ਆਏ ਨੇ ਤੁਸੀਂ ਵੀ ਦੇਖੋ। ਅਸੀਂ ਖੜ੍ਹੇ ਹਾਂ ਸਨੀ ਦੇ ਘਰ, ਰਿਸ਼ਤੇਦਾਰ ਸਾਡੇ ਨਾਲ ਮੌਜੂਦ ਹੈ, ਸਨੀ ਦੇ ਰਿਸ਼ਤੇਦਾਰ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅੰਕਲ ਜੀ, ਸਨੀ ਸੁਣਿਆ ਕਿ ਬਹੁਤ ਹੀ ਸਾਊ ਮੁੰਡਾ ਸੀ, ਪਰ ਫਿਰ ਉਹਨੇ ਐਡਾ ਵੱਡਾ ਫੈਸਲਾ ਲੈ ਲਿਆ। ਕੋਈ ਜ਼ਿੰਦਗੀ ਦੇ ਵਿੱਚ ਕਿਹੜੀ ਇਹੋ ਜਿਹੀ ਕੋਈ ਘਟਨਾ ਵਾਪਰ ਗਈ ਕਿ ਉਹਦੇ ਦਿਮਾਗ 'ਚ ਆ ਗਿਆ ਕਿ ਉਹਨੇ ਐਡਾ ਵੱਡਾ ਫੈਸਲਾ ਲੈ ਲਿਆ? ਬੇਸਿਕਲੀ ਸਨੀ ਬਹੁਤ ਪਿਆਰਾ, ਬਹੁਤ ਵਧੀਆ, ਬੜਾ ਸਿਆਣਾ ਮੁੰਡਾ ਸੀ, ਬੜਾ ਸੰਘਾਲੂ ਸੀ, ਡਰਾਕਲ ਸੀ, ਮਤਲਬ ਉਹਦੇ 'ਚ ਸਿਫਤਾਂ ਹੀ ਸਿਫਤਾਂ ਸੀ ਮੁੰਡੇ 'ਚ। ਅਸੀਂ ਉਹਦੀ ਕਦੇ ਅੱਜ ਤੱਕ ਔਗਣ ਨਹੀਂ ਵੇਖਿਆ, ਪਿੰਡ ਦੇ ਲੋਕਾਂ ਤੋਂ ਵੀ, ਹੋਰ ਰਿਸ਼ਤੇਦਾਰੀਆਂ 'ਚੋਂ ਵੀ, ਯਾਰਾਂ ਦੋਸਤਾਂ ਤੋਂ ਵੀ, ਕਦੇ ਐਸਾ ਕੋਈ ਉਲਾਂਭਾ ਆਇਆ ਹੀ ਨਹੀਂ ਵੀ ਸਨੀ ਨੇ ਜ਼ਿੰਦਗੀ 'ਚ ਕੋਈ ਮਾੜਾ ਕੰਮ ਜਾਂ ਕਿਸੇ ਨਾਲ ਗਰਮੀ ਕੀਤੀ ਹੋਵੇ ਜਾਂ ਲੜਿਆ ਹੋਵੇ ਜਾਂ ਪਿੜਿਆ ਹੋਵੇ। ਲੇਕਿਨ ਹਾਲਾਤ ਕੀ ਬਣੇ ਇਹਦੇ 'ਚ ਦੋ ਤਿੰਨ ਗੱਲਾਂ ਸਾਨੂੰ ਵੇਖਣ 'ਚ ਆਈਆਂ। ਲੇਕਿਨ ਸਭ ਤੋਂ ਵੱਡਾ ਸਾਨੂੰ ਜਿਹੜਾ ਦੁਖਾਂਤ ਹੈ, ਇਹ ਵਾਪਰਨਾ ਹੀ ਨਹੀਂ ਸੀ ਜੇ ਕਿਤੇ ਸਾਨੂੰ ਕਿਸੇ ਦੋਸਤ ਮਿੱਤਰ ਨਾਲ, ਮੇਰੇ ਨਾਲ ਅਕਸਰ ਗੱਲ ਹੁੰਦੀ ਰਹਿੰਦੀ ਸੀ, ਮੇਰੇ ਬੇਟੇ ਨਾਲ ਇੰਗਲੈਂਡ ਹਰ ਰੋਜ਼ ਗੱਲ ਹੁੰਦੀ ਸੀ, ਸਾਡੇ ਰਾਈਆਂ ਵਾਲੇ ਰਿਸ਼ਤੇਦਾਰ ਨੇ ਉੱਥੇ ਆਪ ਜਾਂਦਾ ਰਹਿੰਦਾ ਸੀ, ਆਉਂਦਾ ਰਹਿੰਦਾ ਸੀ, ਉੱਥੇ ਵੀ ਦੋ ਦੋ ਦਿਨ ਤਿੰਨ ਤਿੰਨ ਦਿਨ ਰਹਿੰਦਾ ਸੀ, ਦੋਸਤਾਂ 'ਚ ਫਿਰਦਾ ਤੁਰਦਾ ਸੀ। ਲੇਕਿਨ ਇਸ ਬੰਦੇ ਨੇ ਕਦੇ ਜ਼ਿਕਰ ਹੀ ਨਹੀਂ ਕੀਤਾ ਵੀ ਉਹਨੂੰ ਕੋਈ ਕਿਸੇ ਤਰ੍ਹਾਂ ਦਾ ਦੁੱਖ ਹੈ, ਤਕਲੀਫ ਹੈ। ਇਹ ਜੋ ਵਾਪਰਿਆ ਬਿਲਕੁਲ ਅਚਾਨਕ ਵਾਪਰਿਆ, ਕੋਈ ਘਰ 'ਚ ਲੜਾਈ ਨਹੀਂ, ਪੜ੍ਹਾਈ ਨਹੀਂ, ਸਾਰਾ ਕਾਰੋਬਾਰ ਉਹਦੇ ਹੱਥ 'ਚ ਹੈ। ਨਾ ਉਹਦਾ ਦਾਦਾ, ਨਾ ਉਹਦਾ ਪਿਓ, ਨਾ ਉਹਦੀ ਦਾਦੀ, ਨਾ ਉਹਦੀ ਮਾਂ, ਉਹਨਾਂ ਨੇ ਕਦੇ ਇਹਨੂੰ ਮਾੜਾ ਮੋਟਾ ਝਿੜਕ ਕੇ ਨਹੀਂ ਵੇਖਿਆ ਅਤੇ ਨਾ ਇਹਨੂੰ ਕਿਤੇ ਰੋਕਿਆ ਟੋਕਿਆ
ਇਹ ਆਪਦੀ ਮਰਜ਼ੀ ਦੇ ਨਾਲ, ਲੇਕਿਨ ਇਹ ਬੰਦੇ ਨੇ ਆਪਦੀ ਜ਼ਿੰਦਗੀ 'ਚ ਕੋਈ ਗਲਤ ਕੰਮ ਕੀਤਾ ਨਹੀਂ। ਜਿਹੜੇ ਮੁੰਡੇ ਆਮ ਤੌਰ 'ਤੇ ਗਲਤੀਆਂ ਕਰਦੇ ਆ, ਅੱਜ ਤੱਕ ਕਦੇ ਗਲਤੀ ਇਸ ਬੰਦੇ ਤੋਂ ਹੋਈ ਨਹੀਂ। ਇਹ ਫੈਸਲਾ ਉਹਨੇ ਕਿਉਂ ਲਿਆ? ਜੇ ਇਸਦਾ ਮਾੜਾ ਮੋਟਾ ਵੀ ਸਾਨੂੰ ਸੰਕੇਤ ਮਿਲਦਾ, ਸਾਨੂੰ ਦੱਸਦਾ, ਜਾਂ ਕਿਸੇ ਦੋਸਤ ਮਿੱਤਰ ਨੂੰ ਦੱਸਦਾ, ਤਾਂ ਇਹਦਾ ਹੱਲ ਹੋਣਾ ਇੱਕ ਬਹੁਤ ਬਹੁਤ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਸੌਖਾ ਕੰਮ ਸੀ। ਲੇਕਿਨ ਉਹਨੇ ਲਾਸਟ ਮੂਮੈਂਟ ਤੱਕ, ਜਦੋਂ ਤੱਕ ਇਹ ਕਾਰਾ ਕਰ ਨਹੀਂ ਦਿੱਤਾ, ਕਿਸੇ ਨੂੰ ਯਾਰ ਹੀ ਨਹੀਂ ਹੋਣ ਦਿੱਤਾ ਕਿ ਉਹਦੇ ਮਨ ਵਿੱਚ ਕੀ ਹੈ। ਜਿਹੜਾ ਸੁਸਾਈਡ ਨੋਟ ਉਹਨੇ ਲਿਖਿਆ 19 ਪੇਜਾਂ ਦਾ, ਇੱਕ ਬਹੁਤ ਲੰਬੀ ਚੌੜੀ ਉਹ ਆਪਣੇ ਦਿਲ ਦਾ ਦਰਦ ਜਿਹੜਾ ਬਿਆਨ ਕੇ ਗਿਆ, ਉਹਦੇ ਵਿੱਚ ਉਹਨੇ 2-3 ਗੱਲਾਂ ਲਿਖੀਆਂ ਕਿ ਸਾਡੇ ਖੇਤ ਦੇ ਵਿੱਚ ਕਿਤੇ ਨਾ ਕਿਤੇ ਮੇਰੇ ਮਨ 'ਚ ਇਹ ਹੈ ਕਿ ਉਸ ਖੇਤ ਦੇ ਵਿੱਚ ਪੀਰ ਦੀ ਜਗ੍ਹਾ ਸੀ ਜਿਹੜੀ ਸਾਨੂੰ ਅੱਗੇ ਨਹੀਂ ਵਧਣ ਦੇ ਰਹੀ, ਜਾਂ ਮੇਰਾ ਵੰਸ਼ ਅੱਗੇ ਨਹੀਂ ਵਧਣਾ। ਉਹਦੇ 'ਚ 2-3 ਗੱਲਾਂ ਉਹਨੇ ਲਿਖੀਆਂ। ਤੁਹਾਨੂੰ ਕੀ ਲੱਗਦਾ ਹੈ ਕਿ ਉਹ ਗੱਲਾਂ ਸਹੀ ਸੀ, ਜਾਂ ਕੁਛ ਉਹਦੇ ਦਿਮਾਗ 'ਚ ਕੁਝ ਇਹੋ ਜਿਹਾ ਸੀਗਾ ਵੀ ਉਹਨੇ ਕੋਈ ਨਾ ਕੋਈ ਇੱਧਰ ਉੱਧਰ ਗੱਲ ਕਰਕੇ ਉਲਝਾਉਣ ਦੀ ਕਦੇ ਕੋਸ਼ਿਸ਼ ਕੀਤੀ, ਜਾਂ ਇਹ ਗੱਲਾਂ ਕਿਤੇ ਨਾ ਕਿਤੇ ਸੱਚੀ ਮੁੱਚੀ ਉਹਦੇ 'ਤੇ ਭਾਰੂ ਪੈ ਗਈਆਂ? ਦਰਅਸਲ ਇਹਦਾ ਇੱਕ ਦੋਸਤ ਸੀ, ਉਹਦਾ ਨਾਂ ਸੀ ਗਗਨ। ਉਹ ਇਸੇ ਪਿੰਡ ਦੇ ਰਹਿਣ ਵਾਲਾ ਸੀ, ਇੱਥੇ ਨਜ਼ਦੀਕ ਹੀ ਘਰ ਹੈ, ਬੜਾ ਅੱਛਾ ਪਰਿਵਾਰ ਆ ਉਹ ਵੀ। ਇਹ 24 ਘੰਟੇ ਇਕੱਠੇ ਰਹਿੰਦੇ ਸੀ, ਇਹਨਾਂ ਦਾ ਤੁਰਨਾ ਫਿਰਨਾ, ਬੋਲਣਾ ਚੱਲਣਾ, ਜੋ ਵੀ ਇਹ ਜਿੱਥੇ ਵੀ ਜਾਂਦੇ ਸੀ ਇਕੱਠੇ ਜਾਂਦੇ ਸੀ, ਖਾਣਾ ਪੀਣਾ ਇਕੱਠਾ ਸੀ। ਉਸ ਬੰਦੇ ਦੀ ਮੌਤ ਹੋਣੀ ਸੀ ਜਦੋਂ, ਉਦੋਂ ਕੁਛ ਦਿਨ ਪਹਿਲਾਂ, ਇਹ 5-7-10 ਵਾਰਾਂ ਜਦੋਂ ਇਕੱਠੇ ਤਾਂ ਹਰ ਵੇਲੇ ਹੁੰਦੇ ਸੀ, ਉਦੋਂ ਇਹਨੇ ਜ਼ਿਕਰ ਕੀ, ਉਹਨੇ ਇਹਨੂੰ ਕਹਿਣਾ ਵੀ ਮਿੱਤਰਾ ਮੈਂ ਤਾਂ ਮਰ ਜਾਣਾ ਅਤੇ ਛੱਡਣਾ ਮੈਂ ਤੈਨੂੰ ਵੀ ਨਹੀਂ, ਤੈਨੂੰ ਨਾਲ ਲੈ ਕੇ ਜਾਊਂਗਾ। ਸਭ ਤੋਂ ਪਹਿਲਾਂ ਇਹਦਾ ਜਿਹੜਾ ਡਿਪਰੈਸ਼ਨ ਕਹਿ ਲਓ, ਜੋ ਮਤਲਬ ਇਹਦਾ ਜਿਹੜਾ ਇਹ ਕੰਮ ਐਕਚੁਲੀ ਇਹਦੇ ਮਾਇੰਡ ਜਿਹੜਾ ਸੀ ਅਪਸੈਟ ਹੋਣ ਦਾ, ਉੱਥੋਂ ਸ਼ੁਰੂ ਹੋਇਆ। ਨੰਬਰ 2 ਰਹਿ ਗਿਆ ਉਹ ਜਿਹੜੀ ਤੁਸੀਂ ਖੇਤ ਵਾਲੀ ਗੱਲ ਕਰਦੇ ਹੈ, ਇਹਨਾਂ ਦੇ ਖੇਤ ਦੇ ਵਿੱਚ ਕੋਈ ਐਸੀ ਪੀਰ ਦੀ ਜਗ੍ਹਾ ਨਹੀਂ, ਉਹ ਬਹੁਤ ਪੁਰਾਣਾ ਖੇਤ ਹੁੰਦਾ ਸੀਗਾ, ਉੱਥੇ ਵੀ ਮੈਂ ਪਤਾ ਕੀਤਾ ਕੋਈ ਐਸੀ ਜਗ੍ਹਾ ਨਹੀਂ ਗੀ। ਲੇਕਿਨ ਉਹ ਤਾਂ ਜ਼ਮੀਨ ਵਟਾਈ ਨੂੰ ਵਟਾਂਦਰੇ ਹੋਏ ਨੂੰ ਬੜੇ ਸਾਲ ਹੋ ਗਏ, ਉਹ ਤਾਂ ਵਟਾਂਦਰਾ ਜ਼ਮੀਨ ਛੱਡ ਕੇ ਇੱਧਰ ਜ਼ਮੀਨ ਇਹਨਾਂ ਨੇ ਹੋਰ ਲੈ ਲਈ ਸੀ ਜੀ। ਸੋ ਇਹ ਜਿਹੜੀ ਗੱਲ ਹੈ, ਕਿਸੇ ਨੇ ਇਹਨਾਂ ਦੇ ਮਨ 'ਚ ਬਿਠਾਈ, ਜਾਂ ਜੋ ਮੈਨੂੰ ਕਿਸੇ ਤੋਂ ਪਤਾ ਲੱਗਿਆ ਵੀ ਇਹ ਕਿਸੇ ਕੋਲ ਜਾਂਦਾ ਸੀ, ਜਾਂ ਕਿਸੇ ਕੋਲ, ਜਿਵੇਂ ਆਪਾਂ ਅੱਜ ਕੱਲ੍ਹ ਚੱਲਦੇ ਆ, ਆਹ ਬਾਬੇ ਬੈਠੇ, ਦੂਜੇ ਬੈਠੇ, ਤੀਜੇ ਬੈਠੇ ਹੈ, ਕਿਸੇ ਨੇ ਇਹਨੂੰ ਕਹਿਤਾ ਵੀ ਤੇਰਾ ਵੰਸ਼ ਨਹੀਂ ਵਧਣਾ। ਉਹਦੇ ਪਿੱਛੋਂ ਦੇਖੋ, ਇਹਦਾ ਦਾਦਾ ਆ, ਦਾਦੇ ਤੋਂ ਪਿੱਛੋਂ ਇਹਦਾ ਪਿਓ ਹੋਇਆ, ਇਹ ਆਪ ਹੋਇਆ, ਦੋ ਇਹਦੀਆਂ ਭੈਣਾਂ ਹੋਈਆਂ, ਅਤੇ ਵੰਸ਼ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ ਉਹ ਇਹ। ਲੇਕਿਨ ਇਹ ਚੀਜ਼ਾਂ ਇਹਦੇ 'ਤੇ ਭਾਰੂ ਹੁੰਦੀਆਂ ਗਈਆਂ, ਇਹਦੇ ਦਿਮਾਗ 'ਤੇ ਉਹ ਅਸਰ ਕਰਦੀਆਂ ਗਈਆਂ। ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਨੀ ਬੇਸ਼ੱਕ ਕਿਸੇ ਅੰਧ ਵਿਸ਼ਵਾਸ 'ਚ ਫਸ ਗਿਆ ਹੋਵੇ, ਜਿਵੇਂ ਤੁਸੀਂ ਦੱਸੀ ਆ ਗੱਲ, ਬੇਸ਼ੱਕ ਫਸ ਗਿਆ ਹੋਵੇ, ਅਤੇ ਆਪਣੇ ਪਰਿਵਾਰ ਦੇ ਨਾਲ ਐਡਾ ਵੱਡਾ ਹਾਦਸਾ ਖੁਦ ਕਰਨਾ ਕਿ ਇਹ ਸੋਚ ਲੈਣਾ ਕਿ ਮੇਰੇ ਤੋਂ ਬਾਅਦ ਮੇਰੇ ਪਰਿਵਾਰ ਦਾ ਕੋਈ ਵੀ ਨਹੀਂ, ਕਿਤੇ ਨਾ ਕਿਤੇ ਵੱਡੀ ਅਨਸਕਿਉਰਿਟੀ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਜੇ ਮੈਂ ਨਹੀਂ ਤਾਂ ਮੇਰੇ ਪਰਿਵਾਰ ਵਾਸਤੇ ਕੋਈ ਨਹੀਂ। ਅਨਸਕਿਉਰਿਟੀ ਚਲੋ ਮੰਨ ਲਓ, ਲੇਕਿਨ ਇੱਕ ਇਹਦੇ ਮਨ 'ਚ ਇਹ ਗੱਲ ਆ ਗਈ ਵੀ ਜੇ ਫਰਜ਼ ਕਰੋ ਮੈਂ ਜਿਉਂਦਾ ਰਹਿ ਵੀ ਜਾਂਦਾ, ਗਾਹ ਮੇਰੇ ਬੱਚਾ ਨਹੀਂ ਹੁੰਦਾ, ਮੇਰੇ ਔਲਾਦ ਨਹੀਂ ਹੁੰਦੀ, ਅਤੇ ਮੈਨੂੰ ਪਿੰਡਾਂ ਦੇ ਲੋਕ ਮੇਰੇ ਪਿਓ ਨੂੰ, ਦਾਦੇ ਨੂੰ, ਸਾਡੇ ਸਾਰੇ ਪਰਿਵਾਰ ਨੂੰ ਮਿਹਣੇ ਮਾਰਿਆ ਕਰਨਗੇ ਵੀ ਯਾਰ ਇਹਦੇ ਬੱਚਾ ਨਹੀਂ ਹੋਇਆ। ਇੱਕ ਤਾਂ ਇਹ ਬਹੁਤ ਭਾਰੂ ਸੀ ਉਹਦੇ 'ਤੇ ਗੱਲ, ਹਾਲਾਂਕਿ ਗੱਲ ਕੁਛ ਵੀ ਨਹੀਂ ਸੀ। ਅਤੇ ਸੈਕਿੰਡ ਉਹ ਜਿਹੜੇ ਤੁਹਾਨੂੰ ਦੱਸਿਆ ਉਹਦੇ ਮਿੱਤਰ ਵਾਲੀ ਗੱਲ, ਲੇਕਿਨ ਇਹ 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 ਗੱਲਾਂ ਤਾਂ ਫਿਰ ਉਹਦੇ 'ਤੇ ਇੰਨੀਆਂ ਭਾਰੂ ਹੁੰਦੀਆਂ ਗਈਆਂ ਵੀ ਉਸ ਉਹ ਗੇਟ 'ਚੋਂ ਨਿਕਲੇ ਹੀ ਨਹੀਂ ਬਾਹਰ, ਆਪਣੇ ਲੈਵਲ 'ਤੇ ਉਹਦੇ ਨਾਲ ਮਤਲਬ ਦਿਮਾਗੀ ਤੌਰ 'ਤੇ ਲੜਦਾ ਰਿਹਾ, ਜਿਹੜਾ ਕਿ ਉਹਦਾ ਦਿਮਾਗ ਹੋਰ ਵੀਕ ਹੁੰਦਾ, ਹੋਰ ਡਿਪਰੈਸ਼ਨ 'ਚ ਚਲਿਆ ਗਿਆ। ਇਹ ਸਾਰਾ ਸਟੈਪ ਉਹਨੇ
ਇਸ ਕਰਕੇ ਲਿਆ ਜੋ ਹੁਣ ਨੋਟ 'ਚ ਵੀ ਇਹੀ ਲਿਖਿਆ ਵੀ ਮੇਰੇ ਪਿੱਛੋਂ ਮੇਰੇ ਘਰਦਿਆਂ ਨੂੰ ਮੇਰੇ ਪਰਿਵਾਰ ਨੂੰ ਜਾਂ ਕਿਸੇ ਮੈਂਬਰ ਨੂੰ ਲੋਕ ਮਖੌਲ ਕਰਨਗੇ ਜਾਂ ਉਹ ਕੀ ਕਰਨਗੇ ਹੈਂ। ਇਹ ਗੱਲਾਂ ਸਾਰੀਆਂ ਸਿਰਫ ਡਿਪਰੈਸ਼ਨ ਮੇਨ ਜਿਹੜਾ ਸੀ ਕੰਮ, ਮੈਨੂੰ ਲੱਗਦਾ ਡਿਪਰੈਸ਼ਨ 'ਚ ਆ ਕੇ ਉਹਨੇ ਐਡਾ ਵੱਡਾ ਡਿਸੀਜ਼ਨ ਲਿਆ। ਨਹੀਂ, ਪਰਿਵਾਰ ਨੂੰ ਕੌਣ ਮਾਰਦਾ, ਹੱਸਦਾ ਖੇਡਦਾ ਪਰਿਵਾਰ ਸੀ, ਨਫੀਸ਼ ਪਰਿਵਾਰ ਹੈ, ਕਦੇ ਕਿਸੇ ਨਾਲ ਪਿੰਡ 'ਚ ਰੌਲਾ ਨਹੀਂ, ਕਦੇ ਕਿਸੇ ਰਿਸ਼ਤੇਦਾਰੀ 'ਚ ਰੌਲਾ ਨਹੀਂ, ਕਦੇ ਲੜਦੇ। ਮੈਂ ਸਾਰੀ ਜ਼ਿੰਦਗੀ ਇਹ ਨਹੀਂ ਵੇਖੇ ਪਿੰਡ ਦੇ ਇਹਨਾਂ ਦਾ ਪਰਿਵਾਰ ਦਾ ਕੋਈ ਬੰਦਾ ਵੀ। ਸਾਡੇ ਨਾਲ ਉਹਨਾਂ ਦੇ ਰਿਸ਼ਤੇਦਾਰ ਹੋਰ ਵੀ ਮੌਜੂਦ ਹੈ। ਕੀ ਨਾਮ ਆ ਤੁਹਾਡਾ ਜੀ? ਮੇਰਾ ਹਰਨੇਕ ਸਿੰਘ। ਤੁਹਾਡਾ ਸਨੀ ਦੇ ਨਾਲ ਕੀ ਰਿਸ਼ਤਾ? ਮੇਰੇ ਚਾਚੇ ਦਾ ਪੋਤਾ। ਮੇਰੇ ਚਾਚੇ ਦਾ ਪੋਤਾ ਜੋ ਵੀ ਇਹ ਬੋਲੇ ਆ ਬਿਲਕੁਲ ਸਹੀ ਬੋਲੇ ਆ। ਅੱਜ ਤੱਕ ਇਹ ਪਰਿਵਾਰ ਸਾਰੇ ਪਿੰਡ ਸਾਡੇ ਦੇ ਵਿੱਚ ਕਿਤੇ ਸਹੀ ਨਹੀਂ ਹੋਇਆ। ਦੂਸਰਾ ਜਿਹੜਾ ਤੁਸੀਂ ਇਹਨਾਂ ਨੂੰ ਪੁੱਛਿਆ ਵੀ ਉਹ ਜਗ੍ਹਾ ਸੀ ਉਸ ਜ਼ਮੀਨ ਦੇ ਵਿੱਚ, ਅਸੀਂ ਤਾਂ ਹੁਣ ਸਕੇ ਵੀ ਹਾਂ, ਰਿਸ਼ਤੇਦਾਰ ਵੀ ਹਾਂ। ਉਹ ਜ਼ਮੀਨ ਮੈਂ ਘੱਟ ਤੋਂ ਘੱਟ ਵੀ 20 ਸਾਲ ਵਾਈ ਹੈ। ਇਹ ਕਲਕੱਤੇ ਹੁੰਦੇ ਸੀ ਉਦੋਂ, ਸਨੀ ਹੁਣੇ ਉਦੋਂ ਇਹਦੇ ਡੈਡੀ ਦਾ ਵਿਆਹ ਵੀ ਨਹੀਂ ਹੋਇਆ ਸੀ, ਨਿੱਕਾ ਹੀ ਸੀਗਾ। ਨਹੀਂ ਨਹੀਂ, ਮੈਂ ਜਦੋਂ ਜਿੰਨਾ ਚਿਰ ਮੈਂ ਵਾਈ ਹੈ, ਉਦੋਂ ਬਾਅਦ ਇਹਨਾਂ ਨੇ ਆਪ ਵਾਈ ਕੀਤੀ ਹੈ। ਜਿੰਨਾ ਚਿਰ ਮੈਂ ਵਾਈ ਹੈ ਉਹ ਪੈੜੀ ਦੇ ਵਿੱਚ ਮੈਨੂੰ ਨਾ ਕੋਈ ਕੁਛ ਦਿਸਿਆ, ਨਾ ਮੈਨੂੰ ਕੋਈ ਤਕਲੀਫ ਹੋਈ ਹੈ। ਲੌਂਗ ਟਾਈਮ ਮੈਂ ਬਾਹਰ ਹੀ ਤੁਹਾਨੂੰ ਮੈਂ ਦੱਸ ਹੀ ਦਿੱਤਾ, ਠੀਕ ਹੈ ਵੀ ਮੈਨੂੰ ਤਾਂ ਅੱਜ ਤੱਕ ਨਾ ਮੇਰੇ ਪਰਿਵਾਰ 'ਤੇ ਨਾ ਮੈਨੂੰ ਕੋਈ ਉੱਥੇ ਦਿਸਿਆ। ਰਾਤ ਨੂੰ ਮੈਂ ਪਾਣੀ ਲਾਉਂਦਾ ਰਿਹਾ, ਮੈਂ ਖੇਤੀ ਵੀ ਕਰਦਾ ਰਿਹਾ, ਹਲ ਵੀ ਵਾਹੁੰਦਾ ਰਿਹਾ, ਪਰ ਮੈਨੂੰ ਉਸ ਚੀਜ਼ ਦੇ ਵਿੱਚੋਂ ਕੁਛ ਨਹੀਂ ਅੱਜ ਤੱਕ ਵੀ ਨਹੀਂ ਹੈ। ਸਨੀ ਨੇ ਇਸ ਗੱਲ ਨੂੰ ਬਹੁਤ ਹਾਵੀ ਬਣਾਇਆ ਆਪਣੇ ਨੋਟ ਦੇ ਵਿੱਚ ਕਿ ਉਸ ਜਗ੍ਹਾ ਦਾ ਸਾਡੇ ਪਰਿਵਾਰ 'ਤੇ ਬਹੁਤ ਵੱਡਾ ਇਫੈਕਟ ਹੈ। ਸਾਡੇ ਪਰਿਵਾਰ 'ਤੇ ਜੇ ਦੁੱਖ ਤਕਲੀਫਾਂ ਆਉਂਦੀਆਂ ਤਾਂ ਸਿਰਫ ਉਸ ਜਗ੍ਹਾ ਦੇ ਕਰਕੇ ਆਉਂਦੀਆਂ। ਅਤੇ ਤੁਹਾਡਾ ਇਹ ਕਹਿਣਾ ਕਿ ਤੁਸੀਂ ਲੰਮਾ ਸਮਾਂ ਵਾਹੀ ਆ ਉਹ ਵਾਹੀ ਅਤੇ ਕਦੇ ਕੋਈ ਪ੍ਰੋਬਲਮ ਨਹੀਂ ਆਈ, ਕੀ ਸਮਝਦੇ ਹੋ ਕਿ ਸਨੀ ਦੇ ਦਿਮਾਗ 'ਚ ਇਹੋ ਜਿਹੀ ਗੱਲ ਕਿਉਂ ਆਈ? ਦੇਖੋ ਜੀ, ਸਾਡੇ ਆਪਦੇ ਆ, ਮੈਂ ਹਰ ਸਾਲ ਆਉਂਦਾ, ਇਹਨਾਂ ਨੂੰ ਪਤਾ। ਇਸ ਸਾਲ ਦੇ ਵਿੱਚ ਮੇਰੇ 4 ਗੇੜੇ ਹੋ ਗਏ ਸਨੀ ਦੇ ਮੂੰਹ ਤੋਂ। ਅਸੀਂ ਇਹੋ ਜਿਹੀ ਗੱਲ, ਤੁਸੀਂ ਵਿਦੇਸ਼ 'ਚ ਰਹਿੰਦੇ ਹੋ? ਹੈਂ, ਮੈਂ ਆਸਟ੍ਰੇਲੀਆ 'ਚ ਰਹਿੰਦਾ। ਅਸੀਂ ਉਹਦੇ ਕਦੇ ਵੀ ਉਹਦੇ ਮੂੰਹ ਇਹ ਗੱਲ ਸੁਣੀ ਹੀ ਨਹੀਂ ਸੀ ਵੀ ਸਾਨੂੰ ਉਹਦੀ ਤਕਲੀਫ, ਨਾਲੇ ਤਕਲੀਫ ਤੁਸੀਂ ਆਪ ਦੇਖ ਰਹੇ ਹਾਂ ਵੀ ਇੱਥੇ ਕੀ ਹੈ। ਇਸ ਪਰਿਵਾਰ 'ਤੇ ਕੋਈ ਤਕਲੀਫ ਨਹੀਂ, ਕਿਸੇ ਨੂੰ ਕੋਈ ਬਿਮਾਰੀ ਨਹੀਂ। ਇਹ ਹੁੰਦਾ ਵੀ ਯਾਰ ਫਲਾਣਾ ਬਿਮਾਰ ਪਿਆ ਉਹ ਜਗ੍ਹਾ ਕਰਕੇ ਪਿਆ, ਨਹੀਂ। ਜਿਹੜਾ ਮੇਰਾ ਚਾਚੇ ਦਾ ਮੁੰਡਾ ਸੀ, ਇਹਦਾ ਡੈਡੀ ਸੀਗਾ, ਉਹਦੇ ਵਰਗਾ ਸਰੀਫ ਕੋਈ ਮੈਨੂੰ ਪਤਾ ਨਾ ਮੁੰਡਾ ਜੰਮੇ ਅਤੇ ਨਾ ਕਿਤੇ ਦਾ ਹੋਣਾ ਹੀ ਆ। ਜਿਵੇਂ ਹੁਣ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਪਤਾ ਨਹੀਂ ਲੱਗਿਆ, ਉਹਦਾ ਵਿਚਾਰਾ ਕਿਤੇ ਖੂਹ 'ਤੇ ਤਾਂ ਭਾਵੇਂ 10 ਮਿੰਟ ਨਿਕਲ ਜੇ। ਮੇਰਾ ਭਰਾ ਸੀ, ਉਹ ਕਦੇ ਵੀ ਮੈਂ ਮਿਲਣਾ, ਮੇਰੇ ਕੋਲ ਘਰ ਜਾਣਾ, ਉੱਥੋਂ ਮੁੜੇ ਆਉਣਾ, ਬਸ ਕੰਮ ਕਰਨ ਵਾਲਾ ਬੰਦਾ ਸੀ। ਹੁਣ ਤੁਸੀਂ ਆਪ ਹੀ ਦੇਖੋ, ਮਿਹਨਤੀ ਬੰਦੇ ਆ, ਠੀਕ ਹੈ ਨਾ ਵੀ ਜਿੰਨੇ ਸਫਤ ਕਰਕੇ ਥੋੜ੍ਹੀ ਆ ਨਾ, ਚਾਚੇ ਦੀ ਵੀ ਚਾਚੀ ਦੀ ਵੀ, ਜਿਹੜਾ ਸਾਰਾ 7 ਮੈਂਬਰ ਪਰਿਵਾਰ ਦੇ 7 ਜਣੇ ਸਿਰੇ ਦੇ ਸੀ ਸਾਡੇ ਪਿੰਡ 'ਚੋਂ, ਜਿੱਥੋਂ ਮਰਜ਼ੀ ਚੱਲੀ ਕਰੋ। ਅੱਜ ਤੱਕ ਅਸੀਂ ਜਦੋਂ ਸਨੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਦੋਂ ਤੁਹਾਨੂੰ ਕੁਛ ਪਤਾ ਹੋਣਾ ਕਿ ਕੀ ਕੁਛ ਵਾਪਰਿਆ ਸੀਗਾ ਉਸ ਵੇਲੇ, ਦਾਦਾ ਜੀ ਨੇ ਕੁਛ ਦੱਸਿਆ ਹੋਣਾ? ਦੇਖੋ, ਇਹ ਸਾਰਾ ਕਿ ਜਦੋਂ ਸੁਬਹਾ ਮੈਨੂੰ ਪਤਾ ਲੱਗਿਆ ਵੀ ਆਹ ਕੁਛ ਹੋ ਗਿਆ, ਮੈਂ ਆਇਆ, ਮੈਂ ਇਹ ਉਹਦੇ ਦਾਦੇ ਨਾਲ ਗੱਲ ਕੀਤੀ, ਕਿਉਂਕਿ ਉਹ ਦਾਦਾ ਮੇਰੀ ਮਿਸਿਜ਼ ਦਾ ਮਾਮਾ ਜੀ ਹੈ ਔਰ ਉਹਨੂੰ ਮੈਂ ਯਾਰ ਮਾਮਾ ਕਹਿੰਦਾ, ਸਾਡਾ ਆਪਸ ਵਿੱਚ ਇੰਨਾ ਪਿਆਰ ਹੈ। ਉਹ ਜਦੋਂ ਆ ਕੇ ਮੈਂ ਸਾਰੀ ਹਿਸਟਰੀ ਸੁਣੀ ਵੀ ਉਸਨੇ ਕਿਸ ਤਰੀਕੇ ਨਾਲ ਇਹ ਇਲਜ਼ਾਮ ਦਿੱਤਾ। ਦੇਖੋ ਨਾ, ਰਾਤ ਨੂੰ 8-9 ਵਜੇ ਸਾਰਾ ਟੱਬਰ ਹੱਸ ਖੇਡ ਕੇ ਰੋਟੀਆਂ ਖਾ ਕੇ ਸੌਂਦੇ, ਉਦੋਂ ਤੱਕ ਉਹਨੇ ਕਿਸੇ ਬੰਦੇ ਨੂੰ ਮਾੜਾ ਮੋਟਾ ਵੀ ਇਹ ਸੰਕੇਤ ਨਹੀਂ ਆਉਣ ਦਿੱਤਾ ਕਿ ਮੈਂ ਆਹ ਕਾਰਾ ਕਰਨਾ। ਤੁਸੀਂ ਦੱਸਿਆ ਕਿ ਦਾਦਾ ਜੀ ਨੇ ਤੁਹਾਨੂੰ ਵੀ ਫੋਨ ਕੀਤਾ ਸੀ, ਦਾਦਾ ਜੀ ਨੇ ਉਹ ਫੋਨ ਕਰਕੇ ਅਤੇ ਤੁਹਾਨੂੰ ਕੀ ਦੱਸਿਆ ਸੀ? ਉਸ ਤੋਂ ਬਾਅਦ ਕੀ ਕੁਝ ਵਾਪਰਿਆ? ਸਾਨੂੰ ਜੀ, ਸਾਨੂੰ ਉਹਨਾਂ ਨੇ ਦੱਸਿਆ ਗਿਆ ਵੀ ਸਾਨੂੰ ਸਨੀ ਨੇ ਮਾਰਤਾ ਸਾਡੇ ਪਰਿਵਾਰ ਨੂੰ, ਮੇਰੇ ਗੋਲੀ ਵੱਜੀ ਆ, ਮੈਨੂੰ ਬਚਾ ਲਓ ਆਣ ਕੇ ਸ਼ੀਤੂ ਸ਼ੀ,
ਅਤੇ ਸ਼ੀਤ ਸ਼ੀਤੀ ਆ ਜਾਓ। ਅਸੀਂ ਜੀ ਫਿਰ ਤਿੰਨ ਬੰਦੇ ਹੋਰ ਨਹੀਂ ਪਰਿਵਾਰ ਹੋਰ ਉਠਾਏ ਘਰਾਂ 'ਚੋਂ, ਘਰਾਂ 'ਚੋਂ ਉਠਾ ਕੇ ਫਿਰ ਅਸੀਂ ਜੀ ਇਹਦੇ ਕੋਲ ਆਏ। ਇਹਦਾ ਜਦੋਂ ਹਾਲਾਤ ਵੇਖੇ ਇਹਨੂੰ ਜਦੋਂ ਮੈਂ ਉੱਧਰ ਚੜ੍ਹ ਕੇ ਵੇਖਿਆ ਇਹਦਾ ਅੱਗੋਂ ਉੱਚਾ ਜਿਸ ਜਾਲੀ ਜਿੱਥੇ ਲੱਗੀ ਬਾਹਰ ਉਹਦਾ ਉੱਚਾ ਚੜ੍ਹ ਕੇ ਮੈਂ ਵੇਖਿਆ, ਮੈਂ ਪੁੱਛਿਆ, ਮੈਂ ਕਿਹਾ ਬਾਈ ਕੀ ਹਾਲ ਆ? ਕਹਿੰਦਾ ਕੌਣ? ਮੈਂ ਕਿਹਾ ਮਲਕੀਤ ਆ ਜੀ ਮੈਂ। ਅਤੇ ਕਹਿੰਦਾ ਮਲਕੀਤ ਕੰਧ ਟਿੱਪਦਾ ਉਹਦਾ, ਅਤੇ ਅਸੀਂ ਬੋਲੇ ਨਹੀਂ ਜੀ, ਸਾਨੂੰ ਬੋਲਿਆ ਨਹੀਂ ਗਿਆ, ਇੰਨਾ ਖੂਨ ਵੇਖਿਆ ਇਹ, ਅਸੀਂ ਬੋਲੇ ਨਹੀਂ। ਮੈਂ ਆਖਿਆ ਚੌਂਕੀ ਚੱਲੀਏ ਆਪਾਂ, ਕੰਧ ਨਹੀਂ ਟੱਪਣੀ, ਨੇ ਜਾਣੇ ਤੁਰਿਆ ਫਿਰਦਾ ਆਪਣੇ ਫੈਰ ਮਾਰੂ। ਫਿਰ ਅਸੀਂ ਚੌਂਕੀ 'ਚ ਗਏ ਜੀ, ਚੌਂਕੀ ਸਾਨੂੰ ਅੱਧਾ ਘੰਟਾ ਲੱਗ ਗਿਆ ਚੌਂਕੀ ਵਾਲੇ ਉੱਠਣ। ਜਦੋਂ ਚੌਂਕੀ ਵਾਲੇ ਉੱਠੇ ਨਹੀਂ, ਫਿਰ ਇੱਟਾਂ ਉੱਟਾਂ ਮਾਰ ਕੇ ਜਾਣੀ ਉਹਨੇ ਉਠਾਇਆ ਠੋਇਆ ਬਾਹਰ 'ਚ ਉਹਨਾਂ ਦੇ, ਯਾਨੀ ਪੁਲਿਸ ਉਸ ਵੇਲੇ ਆਰਾਮ ਫਰਮਾ ਰਹੀ ਸੀ? ਆਰਾਮ ਫਰਮਾਏ ਸੀ, ਕੋਈ ਉਹਨਾਂ ਦਾ ਰਾਖੀ ਵਾਲਾ, ਹਾਂ ਰਾਖੀ ਵਾਲਾ ਕੋਈ ਨਹੀਂ ਸੀਗਾ, ਉਹਨਾਂ ਦੇ ਜਿੱਥੇ ਸੁੱਤੇ ਪਏ ਸੀ ਉੱਥੇ ਕੰਧ ਇੱਟਾਂ ਮਾਰੀਆਂ। ਫਿਰ ਉਹ ਉੱਠੇ, ਫਿਰ ਉਹ ਕਹਿੰਦੇ ਵੀ ਤੁਸੀਂ ਬਜ਼ੁਰਗ ਨੂੰ ਲੈ ਜਾਓ, ਅਸੀਂ ਨਹੀਂ ਜਾਣਾ। ਅਸੀਂ ਉਹਨਾਂ ਨੂੰ ਆਖਿਓ ਵੇਖੋ ਜੀ ਹਾਲਾਤ ਉੱਥੇ ਬਹੁਤ ਇਹੋ ਜਿਹੇ ਆ, ਅਸੀਂ ਦਾਦੇ ਅੰਦਰ ਨਹੀਂ ਜਾ ਸਕਦੇ, ਤੁਸੀਂ ਸਾਡੇ ਨਾਲ ਚਲੋ। ਅਸੀਂ ਫਿਰ ਉਹਨਾਂ ਨੂੰ ਜੀ ਫੋਨ ਕੀਤਾ, ਇਹਦੇ ਦਾਦੇ ਨੂੰ ਫੋਨ ਕੀਤਾ ਵੀ ਬਾਈ ਕਿਵੇਂ ਆ? ਉਹ ਕਹਿੰਦਾ ਤੁਸੀਂ ਛੇਤੀ ਆਓ ਯਾਰ, ਅਤੇ ਅਸੀਂ ਚੌਂਕਿਆਂ ਨੂੰ ਫੜਾ ਲਾ। ਫਿਰ ਉਹਨਾਂ ਨੇ ਗੱਲ ਸੁਣ ਕੇ ਫਿਰ ਸਾਡੇ ਨਾਲ ਤੁਰੇ। ਫਿਰ ਅਸੀਂ ਉੱਥੋਂ ਉੱਥੇ ਆਪਣੇ ਮੁੰਡਿਆਂ ਦਾ ਇੱਕ ਉਹਦਾ ਉਹਨਾਂ ਦਾ ਹੋਟਲ ਆ, ਉੱਥੋਂ ਨੰਬਰ ਪੜ੍ਹੇ, ਸਾਡੇ ਕੋਲ ਨੰਬਰ ਆਂਢ ਗੁਆਂਢ ਦੇ ਹੈ ਨਹੀਂ ਸੀਗੇ। ਫਿਰ ਉਹ ਮੁੰਡੇ ਉਠਾਏ ਅਸੀਂ ਉਹ ਮੁੰਡੇ ਗੁਆਂਢੀ ਨੂੰ ਆਖਿਆ ਉਹ ਘਰ ਆਏ ਨੂੰ ਵੀ ਉਹਨਾਂ ਨੰਬਰ ਲਾ ਮਨਜੀਤ ਹੋਇਆਂ ਨੂੰ ਵੀ ਕੀ ਆ ਉਹਨਾਂ ਦਾ ਹਾਲਾਤ ਕੀ ਆ, ਵੀ ਉਹ ਐਂ ਕਰਕੇ ਉਹਦੇ ਦਾਦਾ ਜੀ ਐਂ ਦੱਸ ਰਹੇ ਆ ਅਤੇ ਉਹਦੇ ਹਾਲਾਤ ਸੁਣੋ। ਜਦੋਂ ਜੀ ਉਹ ਕਹਿੰਦਾ ਚਾਚਾ ਜੀ ਫੋਨ ਨਹੀਂ ਚੱਕ ਰਹੇ, ਫਿਰ ਸਾਨੂੰ ਪੱਕਾ ਹੋ ਗਿਆ ਸਬੂਤ ਆ ਵੀ ਖਤਮ ਆ ਜੋ ਫੋਨ ਨਹੀਂ ਚੱਕ ਰਹੇ। ਅਤੇ ਫਿਰ ਮੁੰਡੇ ਨੂੰ ਆਖਿਆ ਜੀ ਤੁਸੀਂ ਆਂਢ ਗੁਆਂਢ ਨੂੰ ਉਠਾਓ, ਆਪਦੇ ਜਿਹੜੇ ਲਿਆਜੀ ਆ ਨਾ ਉਹਨਾਂ ਨੂੰ ਉਠਾਓ, ਅਸੀਂ ਚੌਂਕੀ 'ਚ ਆਏ, ਚੌਂਕੀ 'ਚੋਂ ਅਸੀਂ 5-7 ਮਿੰਟ ਆਏ ਲੈ। ਫਿਰ ਅਸੀਂ ਆਏ, ਫਿਰ ਜੀ ਸਾਰੀ ਪੁਲਿਸ ਪਲਸ 1.5 ਘੰਟੇ ਦੇ ਵਿੱਚ ਸਾਰੀ ਪੁਲਿਸ ਪਲਸ ਆ ਗਈ, ਸਭ ਕੁਛ ਹੋ ਗਿਆ। ਫਿਰ ਇਹ ਅੰਦਰ ਵੜੇ ਅਤੇ ਜਿਹੜਾ ਫਿਰ ਤੁਸੀਂ ਵਾਕਾ ਸਾਰਾ ਸੋਹਣੀ ਦਾ ਫਿਰ ਇਹ ਕੁਛ ਅਸੀਂ ਵੇਖਿਆ ਜੀ, ਅਸੀਂ ਨਾ ਸਾਰੀ ਦਾ ਫਿਰ ਰਾਤ ਇੱਥੇ ਰਹੇ। ਦੱਸਦੇ ਆ ਕਿ ਜਿਸ ਦਿਨ ਇਹ ਪਾਣਾ ਵਾਪਰਿਆ, ਜਿਸ ਰਾਤ ਵਾਪਰਿਆ, ਉਸ ਤੋਂ ਅਗਲੇ ਦਿਨ ਜਿਸ ਪਰਿਵਾਰ ਦੇ ਵਿੱਚ ਉਹਦੀ ਮੰਗਣੀ ਹੋਈ ਸੀ ਸਨੀ ਦੀ, ਉਹਨਾਂ ਨੇ ਉੱਥੇ ਵੀ ਜਾਣਾ ਸੀ? ਹਾਂ ਬਿਲਕੁਲ ਬਿਲਕੁਲ, ਕੱਪੜੇ ਲੀੜੇ ਬਣਾਏ ਸੀਗੇ ਉੱਥੇ, ਜਿਵੇਂ ਆਪਣੇ ਕੀ ਸੁਧਾਰਾਂ ਦੇਣ ਜਾਣ, ਕੁਛ ਇਹੋ ਜਿਹਾ ਲਫਜ਼ ਹੈਗਾ ਹੈ, ਉਹ ਦੇਣ ਵਾਸਤੇ ਬਿਲਕੁਲ ਉੱਥੇ ਜਾਣ ਦਾ ਪ੍ਰੋਗਰਾਮ ਬਣਾਇਆ ਸੀਗਾ। ਉੱਥੇ ਬਲਕਿ ਸੰਡੇ ਨੂੰ ਜਾਣਾ ਸੀਗਾ। ਇਹ ਜਿਹੜੀ ਘਟਨਾ ਵਾਪਰਦੀ ਹੈ ਇਹ ਫਰਾਈਡੇ ਲੇਟ ਈਵਨਿੰਗ ਵਰਤਦੀ ਹੈ, ਲੇਕਿਨ ਮਤਲਬ ਸੰਡੇ ਦਾ ਪ੍ਰੋਗਰਾਮ ਸੀਗਾ ਵੀ ਉੱਥੇ ਜਾ ਕੇ ਉਹ ਜਿਹੜੇ ਕੱਪੜੇ ਲੀੜੇ ਜੋ ਵੀ ਸ਼ਗਨ ਹੁੰਦਾ ਹੈ ਉਹ ਕਰਕੇ ਅਸੀਂ ਉੱਥੇ ਆਉਣਾ ਹੈ, ਕਿਉਂਕਿ ਉਹ ਵੀ ਸਾਡੇ ਜਿੱਥੇ ਇਹ ਮੰਗਿਆ ਸੀਗਾ ਉਹ ਵੀ ਸਾਡੇ ਜਿਹੜੇ ਰਾਈਆਂ ਵਾਲੇ ਰਿਸ਼ਤੇਦਾਰ ਨੇ ਉਹਨਾਂ ਦੀ ਰਿਸ਼ਤੇਦਾਰੀ 'ਚੋਂ ਪਰਿਵਾਰ ਸੀਗਾ, ਅਤੇ ਇਸ ਕਰਕੇ ਉਹ ਪ੍ਰੋਗਰਾਮ ਬਣਿਆ ਪਿਆ ਸੀਗਾ, ਲੇਕਿਨ ਹਾਲਾਤ ਹੀ ਇੱਦਾਂ ਦੇ ਬਣ ਗਏ। ਕਿਉਂਕਿ ਜਦੋਂ ਮੁੰਡਾ ਕੁੜੀ ਆਪਸ 'ਚ ਫੋਨ 'ਤੇ ਗੱਲ ਕਰਦੇ ਅਤੇ ਇੱਕ ਦੂਜੇ ਨਾਲ ਕੁਝ ਇਹੋ ਜਿਹੀਆਂ ਗੱਲਾਂ ਸਾਂਝੀਆਂ ਕਰ ਲੈਂਦੇ ਆ ਕਿ ਮੈਨੂੰ ਇਹ ਸਮੱਸਿਆ ਜਾਂ ਇਵੇਂ ਦੀ ਕੋਈ ਗੱਲ ਸਾਹਮਣੇ ਆਈ ਆ ਹੁਣ ਬਾਅਦ? ਇਹਦੇ ਮੰਗਣੇ ਦੇ ਵਿੱਚ ਮੈਂ ਖੁਦ ਹਾਜ਼ਰ ਸੀ, ਉਹ ਤਕਰੀਬਨ ਮਾਰਚ ਦੇ ਵਿੱਚ ਹੋਇਆ ਸੀ ਮੇਰਾ ਖਿਆਲ ਹੈ। ਅਤੇ ਉਸ ਤੋਂ ਬਾਅਦ ਇਹਨਾਂ ਨੇ ਨਾ, ਦੇਖੋ ਇਹ ਐਡਾ ਸਾਊ ਪਰਿਵਾਰ ਸੀ, ਨਾ ਇਹਨਾਂ ਨੇ ਕੁੜੀ ਦਾ ਨੰਬਰ ਲਿਆ ਅਤੇ ਨਾ ਕੁੜੀ ਵਾਲਿਆਂ ਨੇ ਇਹਨਾਂ ਨੂੰ ਕੀਤਾ। ਕਦੇ ਇੱਕ ਅੱਧੀ ਵਾਰ ਜੇ ਇਹਨੇ ਗੱਲ ਕੀਤੀ ਹੈ ਤਾਂ ਰਾਈਆਂ ਵਾਲੇ ਜਾ ਕੇ, ਕਿਉਂਕਿ ਜਿਹੜੀ ਅਮਨ ਹੈ ਉਹਦੀ ਜਿਹੜੀ ਮਿਸਿਸ ਸੀ ਉਹਦੀ ਉਹ ਮਾਸੀ ਦੀ ਲੜਕੀ ਸੀ, ਕੁਛ ਐਸੀ ਰਿਸ਼ਤੇਦਾਰ ਸੀਗੀ, ਉਹਦੇ ਥਰੂ 2-4 ਮਿੰਟ ਕੀਤੀ ਹੋਵੇ। ਲੇਕਿਨ ਲਾਸਟ ਡੇ 'ਤੇ ਜਿੱਦਾਂ ਇਹ ਉੱਥੇ ਰਾਈਆਂ ਵਾਲੇ ਗਏ ਹੈ,
ਇਹ ਉੱਥੋਂ ਪਿਸਟਲ ਪੁਸਟਲ ਚੋਰੀ ਕਰਕੇ ਲਿਆ। ਉਸ ਦਿਨ ਉਹਨੇ ਇਹਨੇ ਉਹ ਲੜਕੀ ਨੂੰ ਜ਼ਰੂਰ ਕਿਹਾ ਸਾਡੀ ਨੂੰ ਵੀ ਭਾਬੀ ਮੇਰੀ 2 ਮਿੰਟ ਗੱਲ ਕਰਾ ਦੇ। ਗੱਲ ਵੀ ਕੀਤੀ, ਗੱਲ ਸਿਰਫ ਅੱਧੇ ਕੁ ਮਿੰਟ ਦੀ ਕੀਤੀ। ਉਹਨੂੰ ਕਹਿੰਦੇ ਵੀ ਪਹਿਲਾਂ ਵਿਆਹ ਦੀ ਤਿਆਰੀ ਹੋ ਗਈ, ਹੁਣ ਉਹ ਕੁੜੀ ਲੜਕੀ ਬੋਲੀ ਕਹਿੰਦੀ ਹੋ ਗਈ, ਮੈਰਿਜ ਪੈਲਸ ਕਿਹੜਾ ਕੀਤਾ? ਉਹਨੇ ਪੈਲਸ ਦਾ ਨਾਂ ਲਿਆ, ਕਹਿੰਦਾ ਨਹੀਂ ਫਲਾਣਾ ਕਰ ਲੈਣਾ ਸੀ। ਉਹ ਕੁੜੀ ਨੇ ਇਹਨਾਂ ਜ਼ਰੂਰ ਕਿਹਾ ਵੀ ਜੇ ਤੁਹਾਨੂੰ ਇਹ ਪਸੰਦ ਨਹੀਂ ਤਾਂ ਆਪਾਂ ਉਹ ਕਰ ਲੈਂਦੇ ਹਾਂ। ਇਹਨਾਂ ਕਹਿ ਕੇ ਇਹਨੇ ਆਪਦਾ ਜਿਹੜਾ ਮੋਬਾਈਲ ਹੈ ਉਹ ਸਾਡੀ ਉਹ ਅਮਨ ਦੀ ਮਿਸਿਜ ਨੂੰ, ਸਾਡੀ ਉਸ ਲੜਕੀ ਨੂੰ ਫੜਾਤਾ। ਸੋ ਇਸ ਕਰਕੇ ਬਹੁਤ ਸੰਪਰਕ 'ਚ ਨਾ ਇਹ ਪਰਿਵਾਰ ਚਾਹੁੰਦੇ ਹੁੰਦੇ ਪਿੰਡਾਂ ਵਾਲੇ ਵੀ ਵਿਆਹ ਤੋਂ ਪਹਿਲਾਂ ਇੰਨਾ ਲੰਬਾ ਗੱਲਬਾਤ ਕਰੇ, ਨਾ ਕਦੇ ਗੱਲ ਕੋਈ ਹੋਈ ਸੀ, ਨਾ ਇਹਨੇ ਕੋਈ ਸੰਕੇਤ ਇਹੋ ਜਿਹਾ ਦਿੱਤਾ ਹੀ ਸੀਗਾ। ਸਾਡੇ ਨਾਲ ਸਨੀ ਦੇ ਭੈਣ ਜੀ ਮੌਜੂਦ ਨੇ ਜਿਹੜੇ ਕਨੇਡਾ ਦੇ ਵਿੱਚ ਰਹਿੰਦੇ ਆ ਔਰ ਹੁਣ ਆਏ ਹੋਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਜਦੋਂ ਸਨੀ ਨੇ ਐਡਾ ਵੱਡਾ ਘਟਨਾ ਨੂੰ ਅੰਜਾਮ ਦਿੱਤਾ, ਕਿ ਉਸ ਤੋਂ ਪਹਿਲਾਂ ਤੁਹਾਡੇ ਨਾਲ ਕਦੇ ਉਹਦੀ, ਕਿਉਂਕਿ ਭੈਣ ਭਰਾਵਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ, ਕਦੇ ਉਹਨੇ ਜ਼ਿਕਰ ਕੀਤਾ ਹੋਵੇ ਕਿ ਭੈਣ ਮੈਨੂੰ ਇਹ ਚੀਜ਼ ਦਾ ਦੁੱਖ ਹੈ ਜਾਂ ਮੈਂ ਇਸ ਗੱਲ ਤੋਂ ਕਦੇ ਪਰੇਸ਼ਾਨ ਹਾਂ? ਨਹੀਂ ਜੀ, ਕਦੇ ਵੀ ਮੇਰੇ ਨਾਲ ਇਸ ਬਾਰੇ ਗੱਲ ਹੀ ਨਹੀਂ ਕੀਤੀ ਸੀ ਉਹਨਾਂ ਨੇ। ਕਦੇ ਜਦੋਂ ਲਾਸਟ ਟਾਈਮ ਤੁਹਾਡੇ ਨਾਲ ਕਦੋਂ ਗੱਲ ਹੋਈ ਸੀ? 1 ਵੀਕ ਪਹਿਲਾਂ, ਡੈਥ ਤੋਂ 1 ਵੀਕ ਪਹਿਲਾਂ ਹੀ ਹੋਈ ਸੀ, ਸੈਟਰਡੇ ਦੀ ਰਾਤ ਨੂੰ ਹੋਈ ਸੀ ਉਹਦੇ ਨਾਲ ਗੱਲ। ਹਾਂਜੀ। ਸਨੀ ਜਿਵੇਂ ਦੱਸ ਰਿਹਾ ਕਿ ਪਰਿਵਾਰ ਬਹੁਤ ਸਾਊ ਪਰਿਵਾਰ ਹੈ, ਪਰ ਸਨੀ ਨੇ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਨਾਲ ਦੀ ਨਾਲ ਉਹ ਆਪਣੇ ਮਨ ਦੇ ਵਿੱਚ ਐਂ ਸੋਚਦਾ ਸੀ ਕਿ ਸ਼ਾਇਦ ਮੇਰਾ ਵੰਸ਼ ਨਹੀਂ ਅੱਗੇ ਤੁਰਨਾ, ਮੈਂ ਕੋਈ ਪੀਰ ਦੀ ਜਗ੍ਹਾ ਹੈਗੀ ਹੈ ਜਿਹਦੇ ਕਰਕੇ ਸਾਡਾ ਪਰਿਵਾਰ ਵੀ ਪਰੇਸ਼ਾਨ ਹੈ। ਕਦੇ ਇਸ ਗੱਲ ਦਾ ਉਹਨੇ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਨਾਲ ਕਦੇ ਕੋਈ ਇਸ ਤੋਂ ਪਹਿਲਾਂ, ਯਾਨੀ ਕੁਛ ਸਮਾਂ ਪਹਿਲਾਂ ਕਦੇ ਜ਼ਿਕਰ ਕਰ ਲਿਆ ਹੋਵੇ? ਨਹੀਂ ਜੀ, ਕਦੇ ਵੀ ਜ਼ਿਕਰ ਹੀ ਨਹੀਂ ਕੀਤਾ ਸੀ ਇਸ ਬਾਰੇ ਤਾਂ। ਮਾਪੇ ਜਿਸ ਪੁੱਤ ਨੂੰ ਅਤੇ ਭੈਣ ਜਿਸ ਭਰਾ ਨੂੰ ਸਾਰੀ ਉਮਰ ਲਈ ਆਪਣਾ ਸਹਾਰਾ ਮੰਨਦੀ ਹੈ, ਆਖਿਰ ਅਜਿਹਾ ਕੀ ਹੋਇਆ? ਕਿਉਂ ਉਸ ਨੌਜਵਾਨ ਪੁੱਤ ਅਤੇ ਭਰਾ ਨੇ ਆਪਣੇ ਹੱਥੀਂ ਆਪਣੇ ਮਾਪੇ, ਵਿਆਹਤਾ ਭੈਣ ਅਤੇ ਮਾਸੂਮ ਜਿਹੀ ਭਾਣਜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ? ਕਿਹੋ ਜਿਹੀ ਉਸ ਨੌਜਵਾਨ ਦੀ ਮਾਨਸਿਕਤਾ ਉਸ ਵੇਲੇ ਰਹੀ ਹੋਏਗੀ ਅਤੇ ਕਿਉਂ ਪਰਿਵਾਰ ਉਸਦੀ ਮਨੋਸਥਿਤੀ ਨੂੰ ਜਾਣਨ ਵਿੱਚ ਨਾਕਾਮਯਾਬ ਰਿਹਾ? ਇਸ ਸਭ ਬਾਰੇ ਜਾਣਨ ਦੇ ਲਈ ਵਿਜ਼ਨ ਪੰਜਾਬ ਟੀਵੀ ਵੱਲੋਂ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਦੇ ਨਾਲ ਵੀ ਗੱਲਬਾਤ ਕੀਤੀ ਗਈ। ਤੁਹਾਨੂੰ ਵੀ ਸੁਣਾਉਂਦੇ ਹਾਂ ਮਾਹਿਰ ਡਾਕਟਰ ਦੀ ਇਸ ਬਾਰੇ ਕੀ ਰਾਏ ਹੈ। ਪਿਛਲੇ ਦਿਨੀ ਮੋਗਾ ਦੇ ਵਿੱਚ ਇੱਕ ਬਹੁਤ ਹੀ ਦਿਲ ਦਹਿਰਾਉਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਕਿ ਇੱਕ ਨੌਜਵਾਨ ਨੇ ਆਪਣੇ ਪੂਰੇ ਪਰਿਵਾਰ ਨੂੰ ਖਤਮ ਕਰਕੇ ਖੁਦ ਵੀ ਜਿਹੜੀ ਖੁਦਕੁਸ਼ੀ ਕਰ ਲਈ ਅਤੇ ਆਪਣੀ ਖੁਦਕੁਸ਼ੀ ਕਰਨ ਦਾ ਕਾਰਨ ਉਸਨੇ ਘਰ ਵੱਲ ਪਰਿਵਾਰ ਵੱਲੋਂ ਪਾਇਆ ਜਾ ਰਿਹਾ, ਉਹਦੇ 'ਤੇ ਵਿਆਹ ਦਾ ਦਬਾਅ ਸੀ ਅਤੇ ਉਹ ਪਰਿਵਾਰ ਨੂੰ ਕਤਲ ਕਰਨ ਦਾ ਜਿਹੜਾ ਉਹ ਕਾਰਨ ਹੈ ਉਹ ਲਿਖਦਾ ਹੈ ਆਪਣੇ ਸੁਸਾਈਡ ਨੋਟ ਦੇ ਵਿੱਚ ਕਿ ਮੇਰੇ ਤੋਂ ਇਲਾਵਾ ਇਸ ਪਰਿਵਾਰ ਨੇ ਬਹੁਤ ਦੁੱਖ ਝੱਲਣੇ ਸੀਗੇ, ਮੇਰੇ ਤੋਂ ਇਲਾਵਾ ਇਹਨਾਂ ਦਾ ਕੋਈ ਕੇਅਰ ਕਰਨ ਵਾਲਾ ਨਹੀਂ ਸੀਗਾ, ਇਸ ਕਰਕੇ ਮੈਨੂੰ ਮਜਬੂਰਨ ਜਿਹੜਾ ਪਰਿਵਾਰ ਨੂੰ ਵੀ ਖਤਮ ਕਰਨਾ ਪਿਆ। ਅਤੇ ਇਹ ਕਿਸ ਤਰ੍ਹਾਂ ਦਾ ਵਰਤਾਰਾ ਹੈ, ਕਿਸ ਤਰ੍ਹਾਂ ਦੇ ਸਾਡੇ ਸਮਾਜ ਦੀ ਖਾਸ ਤੌਰ 'ਤੇ ਜਿਹੜੇ ਨੌਜਵਾਨਾਂ ਦੀ ਮਨੋ ਦਿਸ਼ਾ ਬਣਦੀ ਜਾ ਰਹੀ ਹੈ, ਇਹ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਅਸੀਂ ਅੱਜ ਪਹੁੰਚੇ ਹਾਂ ਡਾਕਟਰ ਪ੍ਰਮੋਦ ਕੁਮਾਰ ਜੀ ਕੋਲ, ਜਿਹੜੇ ਕਿ ਮਨੋਰੋਗਾਂ ਦੇ ਮਾਹਰ ਨੇ, ਅਤੇ ਅਸੀਂ ਇਹਨਾਂ ਨਾਲ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਅਤੇ ਆਓ ਜੀ ਗੱਲ ਕਰਦੇ ਹਾਂ। ਡਾਕਟਰ ਸਾਹਿਬ, ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਇਸ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿਹੜੀ ਇਸ ਤਰ੍ਹਾਂ ਦੀ ਘਟਨਾ ਹੈਗੀਆਂ ਨੇ, ਇਹ ਵੈਸੇ ਹੀ ਬੜੀ ਇਮੋਸ਼ਨਲ, ਦਰਦਨਾਇਕ ਤਾਂ ਹੁੰਦੀਆਂ ਨੇ, ਔਰ ਇਹ ਘਟਨਾਵਾਂ ਕੋਈ ਨਵੀਂ ਨਹੀਂ ਹੈ। ਪਹਿਲੀ ਗੱਲ ਹੈ, ਆਲਮੋਸਟ 200 ਸਾਲ ਪੁਰਾਣਾ ਵੀ ਜਾਈਏ ਅਸੀਂ ਤਾਂ ਇਸ ਤਰ੍ਹਾਂ ਦੀ ਘਟਨਾਵਾਂ ਹੋ ਹੀ ਜਾਂਦੀਆਂ ਨੇ। ਇਸ ਨੂੰ ਇੰਗਲਿਸ਼ 'ਚ ਇੱਕ ਨਾਂ ਦਿੱਤਾ ਗਿਆ, ਜਿਸ ਤਰ੍ਹਾਂ ਅਸੀਂ ਸੁਸਾਈਡ ਸਮਝਦੇ ਹਾਂ,
ਇੱਕ ਹੋਮੀਸਾਈਡ ਸਮਝਦੇ ਹਾਂ, ਇਸੇ ਤਰ੍ਹਾਂ ਇਸਨੂੰ ਫੈਮੀਸਾਈਡ ਕਹਿੰਦੇ ਆ। ਫੈਮੀਸਾਈਡ ਹੁੰਦਾ ਕਿ ਇੱਕ ਬੰਦਾ ਪਰਿਵਾਰ ਦਾ ਬਾਕੀ ਫੈਮਿਲੀ ਮੈਂਬਰ ਨੂੰ ਮਰਡਰ ਕਰ ਦਿੰਦਾ, ਇਹਨੂੰ ਸੁਸਾਈਡ ਹੋਮੀਸਾਈਡ ਦੋਵਾਂ ਦਾ ਵੀ ਨਾਮ ਦਿੱਤਾ ਜਾਂਦਾ। ਅਕਸਰ ਜਿਹੜਾ ਬੰਦਾ ਅਕਿਊਜ਼ਡ ਜਿਹੜਾ ਕਰਦਾ ਹੈਗਾ ਉਹ ਖੁਦ ਵੀ ਆਪਣੇ ਆਪ ਨੂੰ ਸੁਸਾਈਡ ਕਰ ਲੈਂਦਾ, ਗੋਲੀ ਮਾਰ ਲੈਂਦਾ ਜਾਂ ਕੁਛ ਵੀ ਕਰ ਸਕਦਾ। ਅਤੇ ਇਹ ਜਿਹੜੀ ਨਿਊਜ਼ ਹੈਗੀ ਹੈ, ਜਿਹੜੀ ਮੋਗਾ ਵਾਲੀ ਵੀ ਹੈਗੀ ਹੈ, ਹੁਣ ਜਿਹੜਾ ਬੰਦਾ ਅਕਿਊਜ਼ਡ ਹੈ ਜਿਸਨੇ ਉਹ ਗੋਲੀ ਮਾਰੀ ਹੈ ਬਾਕੀ ਪਰਿਵਾਰ ਵਾਲਿਆਂ ਨੂੰ, ਉਹਦੇ 'ਤੇ ਸਾਈਕੋਲੋਜੀ ਨਹੀਂ ਪੜ੍ਹੀ, ਲੇਕਿਨ ਜਿਹੜੇ ਬੰਦਿਆਂ ਦੇ ਨਾਲ ਹੋਇਆ ਉਹਨਾਂ ਦੀ ਜਦੋਂ ਸਾਈਕੋਲੋਜੀਕਲ ਰਿਪੋਰਟਸ ਅਸੀਂ ਸਟੱਡੀ ਕੀਤੀਆਂ ਪੂਰੇ ਵਰਲਡ ਦੇ ਅੰਦਰ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਇੰਡੀਆ, ਅਤੇ ਤਕਰੀਬਨ ਇਹੀ ਕਾਰਨ ਮਿਲੇ ਨੇ ਜਿਹੜੇ ਇਸ ਮੁੰਡੇ ਨੇ ਸੁਸਾਈਡ ਨੋਟ 'ਚ ਵੀ ਲਿਖੇ ਨੇ। ਡਾਕਟਰ ਸਾਹਿਬ ਨੇ ਸਾਨੂੰ ਮਨੁੱਖ ਦੀ ਮਨੋਦਿਸ਼ਾ ਬਾਰੇ ਪੂਰੇ ਡਿਟੇਲ ਨਾਲ ਦੱਸਿਆ ਵੀ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਦੇ ਨੇ ਕੀ ਉਹਨਾਂ 'ਚ ਸਿਮਟਮ ਹੋ ਸਕਦੇ ਆ, ਅਤੇ ਹੁਣ ਅਸੀਂ ਡਾਕਟਰ ਸਾਹਿਬ ਤੋਂ ਇਹ ਵੀ ਜਾਣਨਾ ਚਾਹਾਂਗੇ ਵੀ ਜਦੋਂ ਇਹ ਸਾਡੇ ਸਮਾਜ ਵਿੱਚ ਜਾਂ ਪਰਿਵਾਰ ਵਿੱਚ ਕੋਈ ਜਿਹੜਾ ਇਨਸਾਨ ਹੈ ਇਸ ਘਟਨਾ ਦਾ ਜਿਹੜਾ ਉਹ ਮੰਨ ਲਓ ਸਾਨੂੰ ਲੱਗਦਾ ਵੀ ਉਹ ਮਨੋਵਿਗਿਆਨਿਕ ਤੌਰ 'ਤੇ ਬਿਮਾਰ ਹੈ, ਤਾਂ ਉਹਦੇ ਵਿੱਚ ਕੀ ਲੱਛਣ ਹੋ ਸਕਦੇ, ਕੀ ਸਿਮਟਮ ਹੋ ਸਕਦੇ ਆ ਵੀ ਤਾਂ ਜੋ ਸਾਨੂੰ ਪਰਿਵਾਰ ਨੂੰ ਉਹ ਜਾਣਨਾ ਸੌਖਾ ਹੋ ਜਾਵੇ ਵੀ ਸਾਡਾ ਇਹ ਆਦਮੀ ਪੀੜਿਤ ਹੈ ਅਤੇ ਤਾਂ ਜੋ ਉਹਦਾ ਇਲਾਜ ਕਰਾਇਆ ਜਾ ਸਕੇ। ਇਹ ਸਭ ਤੋਂ ਇੰਪੋਰਟੈਂਟ ਕੁਐਸਚਨ ਹੈਗਾ ਕਿ ਕਿਆ ਅਸੀਂ ਕੋਈ ਆਈਡੈਂਟੀਫਿਕੇਸ਼ਨ ਕਰ ਸਕਦੇ ਹਾਂ ਵੀ ਇਸ ਤਰ੍ਹਾਂ ਦੇ ਪੋਟੈਂਸ਼ੀਅਲ ਕ੍ਰਾਈਮ ਦੀ, ਬਿਲਕੁਲ ਕਰ ਸਕਦੇ ਹਾਂ, ਕਿਉਂਕਿ ਸੁਸਾਈਡ ਕਰਨਾ ਜਾਂ ਮਰਡਰ ਕਰਨਾ ਇਹ ਇੱਕ ਮੈਂਟਲ ਸਟੇਟ ਹੈ ਔਰ ਜਿਹੜੀ ਹਮੇਸ਼ਾ ਨਹੀਂ ਰਹਿੰਦੀ ਹੈ, ਔਰ ਉਹ ਮੈਂਟਲ ਸਟੇਟ ਨੂੰ ਪਰਿਵਾਰਿਕ ਤੌਰ 'ਤੇ ਪੇਰੈਂਟਸ, ਬ੍ਰਦਰ ਸਿਸਟਰ, ਦੋਸਤ ਮਿੱਤਰ ਇਹ ਡੈਫੀਨੇਟਲੀ ਸਮਝਦੇ ਨੇ ਕਿ ਇਸ ਇਨਸਾਨ ਦੀ ਐਕਚੁਅਲੀ ਨੇਚਰ ਕੀ ਹੈ, ਉਹਦੀ ਜਿਹਨੂੰ ਅਸੀਂ ਪਰਸਨੈਲਿਟੀ ਜਾਂ ਨੇਚਰ ਕਹਿੰਦੇ ਨੇ। ਜਦੋਂ ਵੀ ਉਸ ਬੰਦੇ ਦੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦੇ ਸਟ੍ਰੈਸ ਦੇ ਸਿਮਟਮ, ਡਿਪਰੈਸ਼ਨ ਦੇ ਸਿਮਟਮ ਆਉਣਗੇ, ਉਹਦੇ ਸਭ ਤੋਂ ਪਹਿਲੀ ਚੀਜ਼ ਹੈ ਕਿ ਉਹ ਵਿਦਡਰਾਅ ਕਰਨਾ ਸ਼ੁਰੂ ਕਰੇਗਾ। ਜੇ ਤੁਸੀਂ ਦੇਖਦੇ ਹੋ 10 ਦੋਸਤਾਂ ਨੂੰ ਮਿਲਦਾ ਹੈ, ਉਹ ਦੋਸਤਾਂ ਨੂੰ ਘੱਟ ਮਿਲੇਗਾ, ਜੇ ਜਿੰਨੀ ਗੱਲਾਂ ਕਰਦਾ ਉਹ ਘੱਟ ਗੱਲ ਕਰੇਗਾ, ਜਨਰਲੀ ਉਹ ਵਿਦਡਰਾਅ ਰਹੇਗਾ, ਇਕੱਲਾ ਰਹੇਗਾ। ਦੂਸਰਾ, ਉਹਨੂੰ ਨਾ ਹਰ ਇਨਸਾਨ ਨੂੰ ਕੁਛ ਨਾ ਕੁਛ ਚੀਜ਼ਾਂ ਅੱਛੀ ਲੱਗਦੀਆਂ ਨੇ ਕਿ ਲੇਟੈਸੇ ਕਿਸੇ ਨੂੰ ਖੇਡਣਾ ਅੱਛਾ ਲੱਗਦਾ, ਕਿਸੇ ਨੂੰ ਟੈਲੀਵਿਜ਼ਨ ਅੱਛਾ ਲੱਗਦਾ, ਕਿਸੇ ਨੂੰ ਗਾਣੇ ਸੁਣਨੇ ਅੱਛੇ ਲੱਗਦੇ ਨੇ, ਕਿਸੇ ਨੂੰ ਘੁੰਮਣਾ ਅੱਛਾ ਲੱਗਦਾ। ਜਦੋਂ ਵੀ ਆਦਮੀ ਡਿਪਰੈਸ਼ਨ 'ਚ ਆਉਂਦਾ ਉਹ ਉਹਨਾਂ ਚੀਜ਼ਾਂ 'ਚ ਇੰਟਰਸਟ ਲੂਜ਼ ਕਰਨ ਲੱਗ ਜਾਂਦਾ, ਜਿਹੜੀ ਚੀਜ਼ਾਂ ਉਹਨੂੰ ਬਹੁਤ ਜ਼ਿਆਦਾ ਚੰਗੇ ਲੱਗਦੀਆਂ ਨੇ। ਉਹਦੇ ਇਲਾਵਾ ਉਹਦੇ ਅੰਦਰ ਜਿਹੜਾ ਫਿਜ਼ੀਕਲ ਤੌਰ 'ਤੇ ਉਹਦੀ ਭੁੱਖ ਜਨਰਲੀ ਤੁਸੀਂ ਦੇਖੋਗੇ ਘਟਣੀ ਸ਼ੁਰੂ ਹੋ ਜਾਏਗੀ, ਉਹਦਾ ਵਜ਼ਨ ਥੋੜ੍ਹਾ ਘਟਣਾ ਸ਼ੁਰੂ ਹੋ ਜਾਏਗਾ, ਉਹਦੀ ਨੀਂਦ 'ਚ ਕੋਈ ਨਾ ਕੋਈ ਚੇਂਜਿਸ ਆਉਣ ਲੱਗ ਜਾਣਗੇ, ਉਹ ਹਮੇਸ਼ਾ ਤੁਹਾਨੂੰ ਦੇਖੋ ਇਮੋਸ਼ਨਲੀ ਜਲਦੀ ਹੋ ਜਾਏਗਾ ਕਿਸੇ ਵੀ ਨਾ ਕਿਸੇ ਇਸ਼ੂ 'ਤੇ। ਇਸ ਤਰ੍ਹਾਂ ਦੇ ਸਿਮਟਮਸ ਹਮੇਸ਼ਾ ਪਹਿਲਾਂ ਆਉਣੇ ਲੱਗ ਜਾਂਦੇ ਨੇ, ਇਹ ਕਈ ਦਿਨਾਂ 'ਚ ਆਉਂਦੇ ਨੇ, ਕੋਈ ਇਹ ਨਹੀਂ ਕਿ ਇੱਕ ਦਿਨ 'ਚ ਸਡਨਲੀ ਆ ਜਾਣਗੇ, ਇਹ ਕਈ ਦਿਨਾਂ 'ਚ ਆਉਂਦੇ ਨੇ, ਔਰ ਇਹ ਹਮੇਸ਼ਾ ਪਰਿਵਾਰ ਨੂੰ ਆਇਡੈਂਟੀਫਾਈ ਕਰ ਲੈਣਾ ਚਾਹੀਦਾ, ਪੁੱਛ ਲੈਣਾ ਚਾਹੀਦਾ ਅੰਦਰ ਉਹਦੇ ਰਾਈਟਸ ਨੇ ਕਿ ਜੇ ਰਿਸ਼ਤਾ ਬਣਿਆ ਹੈ ਦੋਸਤੀ ਦਾ ਜਾਂ ਪੇਰੈਂਟਸ ਦਾ, ਤਾਂ ਉਹਦੇ ਇਹ ਵੀ ਰਾਈਟ ਨੇ ਕਿ ਮੇਰੀ ਗੱਲ ਕੋਈ ਸੁਣੇ, ਐਡਵਾਈਜ਼ਰ ਨਾ ਬਣੋ, ਸਿਰਫ ਸੁਣਨ ਦੀ ਕੋਸ਼ਿਸ਼ ਕਰੋ। ਗੁੱਡ ਲਿਸਨਰ ਇਜ਼ ਦਾ ਬੈਸਟ ਡਾਕਟਰ, ਇਜ਼ ਦਾ ਬੈਸਟ ਥੈਰੇਪਿਸਟ, ਇਜ਼ ਦਾ ਬੈਸਟ ਫੈਮਿਲੀ ਮੈਂਬਰ, ਜਸਟ ਬੀ ਅ ਗੁੱਡ ਲਿਸਨਰ, ਦੈਟਸ ਇਟ। ਡਾਕਟਰ ਸਾਹਿਬ ਨੇ ਸਾਨੂੰ ਬੜੇ ਵਿਸਤਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਇਹਦੇ ਵਿੱਚ ਕੀ ਹੈ, ਫੈਮਿਲੀ ਦੀ ਕੀ ਭੂਮਿਕਾ ਹੋ ਸਕਦੀ ਹੈ, ਅਤੇ ਅਸੀਂ ਕਿੱਦਾਂ ਜਾਣ ਸਕਦੇ ਹਾਂ ਅਤੇ ਉਹਦਾ ਕੀ ਹੱਲ ਆਪਾਂ ਦੇ ਸਕਦੇ ਹਾਂ। ਅਤੇ ਡਾਕਟਰ ਸਾਹਿਬ, ਅਸੀਂ ਇੱਕ ਅਖੀਰ ਦੇ ਵਿੱਚ ਤੁਹਾਨੂੰ ਇਹ ਪੁੱਛਣਾ ਚਾਹਾਂਗੇ, ਜਿੱਦਾਂ ਕਿ ਸਮਾਜਿਕ ਭੂਮਿਕਾ ਦੀ ਅਸੀਂ ਗੱਲ ਕਰੀਏ, ਵੀ ਜਿਹੜਾ ਉਸ ਲੜਕੇ ਨੇ, ਉਸ ਨੌਜਵਾਨ ਨੇ ਆਪਣੇ ਸੁਸਾਈਡ ਨੋਟ ਦੇ ਵਿੱਚ ਵੀ ਲਿਖਿਆ ਵੀ ਉਹ ਸਮਾਜ ਦੇ, ਵੀ ਸਾਡਾ ਸਮਾਜ ਕਿੱਦਾਂ ਸੋਚਦਾ, ਅਤੇ ਤੁਸੀਂ ਇੱਕ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਜੋ ਇੱਦਾਂ ਦੀਆਂ ਘਟਨਾਵਾਂ ਦੁਆਰਾ ਸਮਾਜ 'ਚ ਨਾ ਵਾਪਰਨ, ਇੱਕ ਉਹ ਸਮਾਜਿਕ ਸੰਦੇਸ਼ ਜ਼ਰੂਰ ਸਾਡੇ ਜਿਹੜੇ ਦਰਸ਼ਕਾਂ ਨੂੰ ਤੁਸੀਂ ਦਿਓ? ਦੇਖੋ, ਸਮਾਜਿਕ ਇੱਕ ਨਾ ਐਕਸਪੈਕਟੇਸ਼ਨ, ਇੱਥੇ ਗੱਲ ਆਉਂਦੀ ਹੈ ਬੇਸਿਕਲੀ। ਪਹਿਲੀ ਗੱਲ, ਇਨਸਾਨ ਖੁਦ ਤੋਂ ਐਕਸਪੈਕਟ ਕਰਦਾ,
ਫਿਰ ਉਹਦੀ ਫੈਮਿਲੀ ਉਸ ਤੋਂ ਕੁਛ ਨਾ ਕੁਛ ਐਕਸਪੈਕਟ ਕਰਦੀ ਹੈ ਇਨ ਟਰਮਸ ਆਫ ਬਿਹੇਵੀਅਰ, ਇਨ ਟਰਮਸ ਆਫ ਉਹਦੀ ਸੋਸ਼ਲ ਸਟੇਟਸ, ਓਕਿਊਪੇਸ਼ਨਲ ਸਟੇਟਸ, ਉਹਦੀ ਇਨਕਮ, ਉਹਦੇ ਰਿਲੇਸ਼ਨਸ਼ਿਪ। ਥਰਡ ਹੁੰਦਾ ਸੋਸਾਇਟੀ ਦੀ ਐਕਸਪੈਕਟੇਸ਼ਨ ਹੁੰਦੀ ਹੈ। ਹੁਣ ਅਸੀਂ ਆਪਣੇ ਆਪ ਨੂੰ ਦੂਜੇ ਦੇ ਨਜ਼ਰੀਏ ਨਾਲ ਬਹੁਤ ਦੇਖਦੇ ਨੇ, ਇਹਦੇ ਕਲਚਰ ਹੈ, ਇੰਡੀਆ ਦਾ ਕਲਚਰ ਹੈ ਕਿ ਹਰ ਚੀਜ਼ ਨੂੰ ਅਸੀਂ ਕਹਿੰਦੇ ਦੂਜਾ ਕੀ ਕਹੇਗਾ, ਸੋਸਾਇਟੀ ਕੀ ਕਹੇਗੀ, ਜੇ ਤੂੰ ਇਹਦੇ ਕੁੜੀ ਨਾਲ ਵਿਆਹ ਕਰਾ ਲਿਆ ਤਾਂ ਸਾਡਾ ਕੀ ਬਣੂਗਾ। ਇਸ ਤਰ੍ਹਾਂ ਦੇ ਜਿਹੜੇ ਸੋਸ਼ਲ ਪ੍ਰੈਸ਼ਰਸ ਨੇ ਨਾ, ਸਮਟਾਈਮ ਇਹ ਪ੍ਰੈਸ਼ਰਸ ਇਤਨੇ ਜ਼ਿਆਦਾ ਹੋ ਜਾਂਦੇ ਕਈ ਲੋਕਾਂ ਦੇ ਅੰਦਰ, ਉਹਨਾਂ ਨੂੰ ਲੱਗਦਾ ਕਿ ਇਹਦਾ ਕੋਈ ਹੱਲ ਨਹੀਂ ਹੈ। ਆਈ ਥਿੰਕ ਇਹਦੇ ਅੰਦਰ ਮੈਸੇਜ ਇਹ ਹੈ ਕਿ ਸੋਸਾਇਟੀ ਐਕਚੁਅਲੀ ਕੋਈ ਪ੍ਰੈਸ਼ਰ ਨਹੀਂ ਕ੍ਰੀਏਟ ਕਰਦੀ, ਜਿਹੜਾ ਪ੍ਰੈਸ਼ਰ ਕ੍ਰੀਏਟ ਹੁੰਦਾ ਉਹ ਵਿਦਇਨ ਦੀ ਫੈਮਿਲੀ ਹੁੰਦਾ। ਮੀਡੀਆ ਦੀ ਜ਼ਿੰਮੇਵਾਰੀ ਸਿਰਫ ਤੁਹਾਨੂੰ ਖਬਰ ਦੀ ਜਾਣਕਾਰੀ ਦੇਣਾ ਨਹੀਂ ਹੈ, ਬਲਕਿ ਕੁਝ ਅਜਿਹੇ ਪਹਿਲੂਆਂ ਤੋਂ ਵੀ ਜਾਣੂ ਕਰਵਾਉਣਾ ਹੈ, ਜਾਗਰੂਕ ਕਰਵਾਉਣਾ ਹੈ, ਤਾਂ ਜੋ ਹੋਰ ਕੋਈ ਪਰਿਵਾਰ ਇਸ ਤਰ੍ਹਾਂ ਨਾ ਉਜੜੇ ਅਤੇ ਅਜਿਹੀ ਮੰਦਭਾਗੀ ਘਟਨਾ ਕਿਸੇ ਹੋਰ ਨਾਲ ਨਾ ਵਾਪਰੇ। ਇਸ ਲਈ ਇਸ ਖਬਰ ਦੇ ਹਰ ਪਹਿਲੂ ਤੱਕ ਜਾਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਅਤੇ ਮਾਹਿਰ ਡਾਕਟਰ ਤੋਂ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹੀ ਮਨੋਸਥਿਤੀ ਕਿਸੇ ਨੌਜਵਾਨ ਦੀ ਜਾਂ ਕਿਸੇ ਪਰਿਵਾਰਕ ਮੈਂਬਰ ਦੀ ਕਿਉਂ ਹੁੰਦੀ ਹੈ ਅਤੇ ਕਿਉਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਲੱਗ ਸਕਿਆ। ਸੋ ਅਸੀਂ ਉਮੀਦ ਕਰਦੇ ਹਾਂ ਕਿ ਅਜਿਹੀ ਘਟਨਾ ਕਿਸੇ ਹੋਰ ਪਰਿਵਾਰ ਦੇ ਵਿੱਚ ਕਿਸੇ ਹੋਰ ਵਿਅਕਤੀ ਵੱਲੋਂ ਨਾ ਕੀਤੀ ਜਾਵੇ। ਸੋ ਇਹ ਸੀ ਸਟੋਰੀ ਆਫ ਦ ਡੇ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਅਹਿਮ ਮੁੱਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।